ਕਾਰਯੋਗ ਵੀਰ ਜਿਨ੍ਹਾਂ ਨੇ ਅੱਜ ਇੱਥੇ ਬੁਲਾ ਕੇ ਇਸ ਸਟੇਜ ਤੇ ਤੁਹਾਡੀ ਸੇਵਾ ਕਰਨ ਦਾ ਮੌਕਾ ਬਖਸ਼ਿਆ। ਦੂਰ ਨੇੜ ਪਿੰਡਾਂ ਤੋਂ ਜਿੰਨੇ ਵੀ ਚੱਲ ਕੇ ਹੋਏ ਦੋਸਤ ਮਿੱਤਰ ਮਹਿਮਾਨ ਸਾਰੇ ਵੀਰ ਸੋ ਲੱਗੀਆਂ ਹੋਈਆਂ ਚੇਅਰ ਤੁਹਾਡਾ ਇੰਤਜ਼ਾਰ ਕਰਦੀਆਂ ਨੇ, ਕਿਉਂਕਿ ਸਿਆਣੇ ਕਹਿੰਦੇ ਆ ਕਿ ਸਮਾਂ ਉਸ ਨੂੰ ਸਮਾਂ ਕਦੇ ਨਹੀਂ ਦਿੰਦਾ ਜਿਹੜਾ ਸਮੇਂ ਨੂੰ ਸਮਾਂ ਸਿਆਣਦਾ ਨਹੀਂ, ਰੱਬ ਉਸ ਨੂੰ ਉੱਚਾ ਕਦੇ ਨਹੀਂ ਕਰਦਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਹਿੰਮਤ ਹਾਰ ਕੇ ਤੇਰੀਆਂ ਤਾਂ ਬਹਿਣਾ ਚੁੜਨਾ ਕਿਸਮਤ ਤੇ ਕੰਮ ਇਨਸਾਨ ਦਾ ਨਹੀਂ। ਪੱਥਰ ਦੇਣ ਹੀਰੇ ਸਿੱਪ ਦੇਣ ਮੋਤੀ, ਹਿੰਮਤ ਨਾਲ ਜਦ ਕਿਸਮਤ ਅਜਮਾਈ ਦੀਏ, ਖੂਹਾ ਚੱਲ ਕੇ ਕਦੇ ਨੀ ਕੋਲ ਆਉਂਦਾ ਆਪ ਅੱਪੜ ਕੇ ਤਰੇ ਬੁਝਾਈ ਦੀਏ, ਆਪ ਅੱਪੜ ਕੇ ਤਰੇ ਬੁਝਾਈ ਦੀਏ। ਮਾਨਯੋਗ ਹਸਤੀਆਂ ਦਾ ਨਾਮ ਲੈਣਾ ਆਪਣਾ ਫਰਜ਼ ਸਮਝਦਾ ਵਾਂ, ਸੋ ਸ਼ੁਕਰੀਆ ਅਦਾ ਕਰਾਂ ਇਸ ਜਗ੍ਹਾ ਦੇ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਜੀ, ਪੂਰੀ ਮੇਲਾ ਪ੍ਰਬੰਧਕ ਕਮੇਟੀ ਸਮੂਹ, ਗ੍ਰਾਮ ਪੰਚਾਇਤ ਜਿਨ੍ਹਾਂ ਦੇ ਉਦਮ ਸਦਕਾ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਮੇਲਾ ਹੋ ਰਿਹਾ ਹੈ। ਸੋ ਸਾਡੇ ਸਤਿਕਾਰਯੋਗ ਸਰਦਾਰ ਬਲਜਿੰਦਰ ਸਿੰਘ ਜੀ, ਸਰਪੰਚ ਸਾਹਿਬ ਡਾਕਟਰ ਨਰਿੰਦਰ ਸਿੰਘ ਜੀ, ਸਰਦਾਰ ਹਰਜੀਤ ਸਿੰਘ ਜੀ, ਸਰਦਾਰ ਕੁਲਦੀਪ ਸਿੰਘ ਜੀ, ਹੋਰ ਜਿਹੜੀਆਂ ਮੌਜੂਦ ਹਸਤੀਆਂ, ਸੋ ਸ਼ੁਕਰੀਆ ਅਦਾ ਕਰੀਏ। ਉਹ ਆਵਾਜ਼, ਉਹ ਅੰਦਾਜ਼ ਪੰਜਾਬੀ ਨਹੀਂ, ਹਿੰਦੁਸਤਾਨੀ ਨਹੀਂ, ਬਲਕਿ ਵਰਲਡ ਦੀ ਇੱਕ ਵੱਖਰੀ ਜੀ ਆਵਾਜ਼ ਆਪਣੇ ਖੂਬਸੂਰਤ ਗੀਤਾਂ ਦੇ ਨਾਲ ਤੁਹਾਡੇ ਦਿਲ ਦੇ ਵਿੱਚ ਜਗ੍ਹਾ ਬਣਾਈ ਹੈ। ਇੱਕ ਇੱਕ ਗੀਤ ਨੂੰ ਢੇਰ ਸਾਰਾ ਅੰਤਾਂ ਦਾ ਪਿਆਰ ਦਿੰਦੇ ਹੋ, ਸਤਿਕਾਰ ਦਿੰਦੇ ਹੋ, ਤੁਹਾਡੇ ਪਿਆਰ ਦੇ, ਤੁਹਾਡੇ ਸਤਿਕਾਰ ਦੇ ਕਰਜ਼ਦਾਰ। ਕਿ ਸੁਣਾ ਸੋਹਣੀਏ ਕੀ ਹਾਲ ਚਾਲ ਹੈ, ਵੇ ਸੋਹਣਿਆ ਬਸ ਤੇਰਾ ਹੀ ਖਿਆਲ ਹੈ, ਮੈਂ ਕਿੱਥੇ ਟੱਕਰਾਂ ਮਾਰੂੰਗੇ, ਢਾਬੇ ਤੇ ਲੈ ਜਾ ਯਾਰਾਂ ਨੂੰ, ਤੜਕੇ ਦੇ ਭੁੱਖੇ ਫਿਰਦੇ ਆ, ਛੇਤੀ ਕਰ ਰੋਟੀ ਲਾ ਲੈਣੀ, 16 ਕਿੱਲਿਆਂ ਦਾ ਵੇਖਿਆ ਪਹਿਲਾਂ ਟੱਕ ਤੇਰੇ ਬਾਪੂ ਨੇ। ਸੋ ਉਹਨਾਂ ਗੀਤਾਂ ਦੇ ਕਲਾਕਾਰ, ਤੁਹਾਡੀ ਨਜ਼ਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਬਾਬਾ ਜੀ ਦੇ ਨਾਂ ਤੇ। ਸੋ ਮਾਈਕ ਤੇ ਸਟੇਜ ਤੇ ਸੱਦਾ ਦੇਵਾਂ ਜਨਾਬ ਮੀਤ ਬਰਾੜ, ਮੈਡਮ ਹਰਮਨ ਜੀ। ਜੀ ਇੰਤਜ਼ਾਰ ਦੀਆਂ ਕੜੀਆਂ ਖਤਮ, ਜਨਾਬ ਮੀਤ ਬਰਾੜ ਜੀ, ਮੈਡਮ ਹਰਮਨਦੀਪ ਸਟੇਜ ਤੇ ਤਸ਼ਰੀਫ ਫਰਮਾਨ ਨੇ। ਸੋ ਹਰੇਕ ਕਲਾਕਾਰ ਦਾ ਆਪਣਾ ਆਪਣਾ ਅੰਦਾਜ਼ ਸਟਾਈਲ ਹੈ ਆਪਣੀ ਸਟੇਜ ਸ਼ੁਰੂ ਕਰਨ ਦਾ, ਪਰ ਫਿਰ ਵੀ ਉਸਤਾਦ ਲੋਕਾਂ ਦੇ ਕਹਿਣ ਅਨੁਸਾਰ ਕਿ ਕਿਸੇ ਵੀ ਕੰਮ ਨੂੰ ਹੱਥ ਪਾਈਏ ਜੀ, ਪਹਿਲੇ ਸਕਾਰਪੁਰਖ ਵਾਹਿਗੁਰੂ ਦਾ ਨਾਮ ਚਾਹੀਏ ਜੀ, ਜਿਨ੍ਹਾਂ ਦੀ ਬਦੌਲਤ ਇਹ ਮੇਲੇ ਲੱਗਦੇ ਨੇ, ਆਪਣੇ ਇਕੱਠੇ ਹੋਣ ਦਾ ਸਬਬ ਬਣਦਾ ਹੈ। ਸੋ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਇੱਕ ਧਾਰਮਿਕ ਗੀਤ ਦੇ ਨਾਲ, ਉਸ ਤੋਂ ਬਾਅਦ ਕੁਝ ਗੀਤ ਸਾਡੇ ਵੱਲੋਂ ਹੋਣਗੇ, ਕੁਝ ਦੋਸਤਾਂ ਦੀਆਂ ਮਿੱਤਰਾਂ ਦੀਆਂ ਵੀਰਾਂ ਦੀਆਂ ਫਰਮਾਇਸ਼ਾਂ ਅਨੁਸਾਰ ਪ੍ਰੋਗਰਾਮ ਨੂੰ ਅੱਗੇ ਵੱਲ ਲੈ ਕੇ ਜਾਣਾ ਹੈ, ਕਿਉਂਕਿ ਇਹ ਪੰਜਾਬ ਦੀ ਧਰਤੀ, ਗੁਰੂਆਂ ਪੀਰਾਂ ਪੀਰ ਪੈਗੰਬਰਾਂ ਦੀ ਧਰਤੀ ਹੈ, ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਮੇਲੇ ਲੱਗਦੇ ਨੇ। ਕਹਿੰਦੇ ਨੇ ਕਿ ਤਾਜਦਾਰਾਂ ਦੇ ਨਾਂ ਅਮੀਰਾਂ ਦੇ, ਤਾਜਦਾਰਾਂ ਦੇ ਨਾਂ ਅਮੀਰਾਂ ਦੇ ਤੇ ਦੀਵੇ ਬਲਦੇ ਸਦਾ ਫਕੀਰਾਂ ਦੇ, ਦੀਵੇ ਬਲਦੇ ਸਦਾ ਫਕੀਰਾਂ ਦੇ। ਤੇ ਜੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਬੜੀਆਂ ਖੂਬਸੂਰਤ ਲੈਣਾ ਲਿਖੀਆਂ ਨੇ ਕਿ ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਦੇਸ਼ ਤੋਂ ਵਾਰਿਆ ਮੈਂ, ਢਹਿੰਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤ ਵੀ ਬਖਸ਼ੇ ਪ੍ਰਮਾਤਮਾ ਨੇ ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਸ਼ਹਿਨਸ਼ਾਹ ਨਾ ਕਹੋ ਤੁਸੀਂ ਸਿੱਖੋ, ਕਿਸ਼ਤਾਂ ਨਾਲ ਤਾਂ ਕਰਜ਼ਾ ਉਤਾਰਿਆ ਮੈਂ, ਕਿਸ਼ਤਾਂ ਨਾਲ ਤਾਂ ਕਰਜ਼ਾ ਉਤਾਰਿਆ ਮੈਂ। ਸੋ ਪ੍ਰੋਗਰਾਮ ਦਾ ਕਰੀਏ ਆਗਾਜ਼, ਸਾਡੀਆਂ ਸਤਿਕਾਰਯੋਗ ਮਾਤਾਵਾਂ ਭੈਣਾਂ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਇਸ ਮੇਲੇ ਦੀ ਰੌਣਕ ਨੂੰ ਵਧਾਇਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਦਾ ਕਰੀਏ ਆਗਾਜ਼। ਇੱਕ ਵਾਰੀ ਪੀਰ ਪਾਸ਼ਾ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਹੋ ਜਾਣਗੇ। ਸੋ ਮਾਈਕ ਤੇ ਸੱਦਾ ਦੇਵਾਂ ਤੁਹਾਡੇ ਆਪਣੇ ਮਹਿਬੂਬ ਕਲਾਕਾਰ ਜਨਾਬ ਮੀਤ ਬਰਾੜ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੱਥ ਜੋੜ ਸਾਰਿਆਂ ਨੂੰ ਪ੍ਰਣਾਮ, ਮੇਰਾ ਹਾਜ਼ਰੀ ਲਗਾਉਣ ਲੱਗਾ ਵਿੱਚ ਦਰਬਾਰ ਤੁਹਾਡੇ, ਫਰਸ਼ਾਂ ਤੋਂ ਅਰਸ਼ੀ ਪਹੁੰਚਾਉਣ ਵਾਲੇ ਤੁਸੀਂ ਲੋਕੀ ਤੇ ਉੱਡਦੇ ਨੂੰ ਪਿੰਜਰੇ ਚ ਪਾਉਣਾ ਅਖਤਿਆਰ ਤੁਹਾਡੇ, ਖੁਸ਼ੀਆਂ ਦੇ ਫੁੱਲ ਕੁਝ ਲੈ ਕੇ ਪ੍ਰਮਾਤਮਾ ਤੋਂ ਚਿੱਤ ਕਰੇ ਗੁੰਦ ਕੇ ਗਲੇ ਚ ਪਾਵਾਂ ਹਾਰ ਤੁਹਾਡੇ, ਮੀਤ ਬਰਾੜ ਮੰਗੇ ਕੁਝ ਨਾ ਦਤਾਰ ਕੋਲੋਂ, ਝੋਲੀ ਅੱਡ ਮੰਗਦਾ ਸਿਰਫ ਪਿਆਰ ਤੁਹਾਡੇ।
ਝੋਲੀ ਅੱਡ ਮੰਗਦਾ ਸਿਰ ਪਿਆਰ ਤੁਹਾਡੇ। ਸੋ ਧੰਨ ਧੰਨ ਬਾਬਾ ਕਰੀਮ ਸ਼ਾਹ ਜੀ ਇਸ ਪਾਵਨ ਪਵਿੱਤਰ ਜਗ੍ਹਾ ਤੇ ਇਕੱਤਰ ਹੋਏ ਸਾਰੇ ਦੋਸਤ ਮਿੱਤਰ ਪਿਤਾ ਸਮਾਨ ਬਜ਼ੁਰਗ ਹਾਣੀ ਵੀਰ ਛੋਟੇ ਛੋਟੇ ਬੱਚੇ ਸਾਡੀਆਂ ਮਾਤਾਵਾਂ ਭੈਣਾਂ ਸਭ ਨੂੰ ਇਸ ਮੇਲੇ ਦੀ ਲੱਖ ਲੱਖ ਕਰੋੜ ਕਰੋੜ ਮੁਬਾਰਕਬਾਦ ਜੀ। ਇੱਕ ਬਾਬਾ ਜੀ ਦੇ ਨਾਂ ਤੇ ਖੁੱਲ ਕੇ ਤਾਲੀ ਲਾ ਰਿਹਾ। ਥੈਂਕ ਯੂ। ਸੋ ਧੰਨਵਾਦੀ ਹਾਂ ਮੁੱਖ ਸੇਵਾਦਾਰ ਬਾਬਾ ਕਸ਼ਮੀਰ ਸਿੰਘ ਜੀ, ਸਮੁੱਚੀ ਮੇਲਾ ਪ੍ਰਬੰਧਕ ਕਮੇਟੀ, ਸਮੁੱਚੀ ਸਮੂਹ ਗ੍ਰਾਮ ਪੰਚਾਇਤ ਦੇ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਤੁਹਾਡੇ ਰੱਬ ਰੂਹਾਂ ਦੇ ਦਰਸ਼ਨ ਕਰਵਾਏ ਆ, ਤੁਹਾਡੇ ਸੋਹਣੇ ਸੋਹਣੇ ਚਿਹਰਿਆਂ ਦੇ ਦਰਸ਼ਨ ਕਰਵਾਏ ਆ। ਸੋ ਜਿੰਨੇ ਵੀ ਕਦਮ ਆਪੋ ਆਪਣੇ ਘਰਾਂ ਤੋਂ ਚੱਲ ਕੇ ਇਸ ਮੇਲੇ ਵਿੱਚ ਪਹੁੰਚੋ ਸਾਡੇ ਸਿਰ ਮੱਥੇ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਬਲਜਿੰਦਰ ਸਿੰਘ ਜੀ ਸਰਪੰਚ ਸਾਹਿਬ ਔਰ ਡਾਕਟਰ ਨਰਿੰਦਰ ਸਿੰਘ ਜੀ, ਹਰਜੀਤ ਸਿੰਘ ਜੀ, ਕੁਲਦੀਪ ਸਿੰਘ ਜੀ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਤੇ ਤੁਹਾਡੇ ਦਰਸ਼ਨ ਦਿਦਾਰੇ ਕਰਾਏ ਨੇ। ਸੋ ਸਿਆਣੇ ਕਹਿੰਦੇ ਆ ਜੀ, ਕੋਈ ਵੀ ਕੰਮ ਕਰਨਾ ਹੋਵੇ ਤਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਨਾਂ ਲੈਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਦੀ ਬਦੌਲਤ ਆਪਾਂ ਨੂੰ ਇਹ ਖੁਸ਼ੀਆਂ ਨਸੀਬ ਹੁੰਦੀਆਂ ਨੇ, ਮਹਿਫਲਾਂ ਲੱਗਦੀਆਂ, ਮੇਲੇ ਲੱਗਦੇ ਨੇ, ਇਕੱਠੇ ਹੋਣ ਦਾ ਸਾਡੇ ਸਬੱਬ ਬਣਦਾ। ਮੇਲੇ ਦਾ ਮਤਲਬ ਹੀ ਮੇਲਾ ਜੀ, ਮੇਲ, ਇੱਕ ਦੂਜੇ ਨਾਲ ਮੇਲ ਹੋਣਾ। ਇਹ ਬਹੁਤ ਵਧੀਆ ਉਪਰਾਲੇ ਆ, ਇੱਕ ਸਾਲ ਬਾਅਦ ਆਪਾਂ ਸਾਰੇ ਭੈਣ ਭਰਾ ਇਕੱਠੇ ਹੋ ਕੇ, ਕਿਉਂਕਿ ਉੱਦਾਂ ਤਾਂ ਕਿਸੇ ਕੋਲ ਸਮਾਂ ਨਹੀਂ ਹੁੰਦਾ ਇਕੱਠੇ ਹੋ ਕੇ ਬੈਠਣ ਦਾ, ਇੱਕ ਬਹਾਨੇ ਨਾਲ ਨਾਲੇ ਦੁਸ਼ਮਣ ਨਿਕਲ ਜਾਂਦਾ, ਨਾਲੇ ਸਾਰੇ ਭੈਣ ਭਰਾ ਇਕੱਠੇ ਹੋ ਜਾਂਦੇ ਆ। ਸੋ ਬਹੁਤ ਅੱਛੀ ਸਾਊਂਡ, ਡਿੰਪਲ ਸਾਊਂਡ ਫਤਿਹਗੜ੍ਹ ਚੂੜੀਆਂ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਇੱਕ ਧਾਰਮਿਕ ਗੀਤ ਨਾਲ, ਉਸ ਤੋਂ ਬਾਅਦ ਫਿਰ ਜਿਨ੍ਹਾਂ ਗੀਤਾਂ ਤੁਸੀਂ ਬੜਾ ਪਿਆਰ ਬੜਾ ਸਤਿਕਾਰ ਬਖਸ਼ਣ ਹੋਏ ਕਿ ਗੀਤ ਕਰਕੇ, ਕੁਝ ਸੋਲੋ, ਕੁਝ ਦੁਗਾਣੇ, ਕੁਝ ਨਵੇਂ, ਕੁਝ ਪੁਰਾਣੇ, ਤੁਹਾਡੇ ਰੂਹ ਰੂਹ ਕਰਕੇ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਾਂਗੇ। ਉਮੀਦ ਕਰਦੇ ਹਾਂ ਤੁਸੀਂ ਪਿਆਰ ਔਰ ਸਤਿਕਾਰ ਦਾ ਸਬੂਤ ਬਖਸ਼ੋਗੇ। ਹਾਂਜੀ, ਧਾਰਮਿਕ ਦਮ ਦੇਣਾ, ਦਮ ਦੇ ਨਾਲ ਦਮਾਮਾ ਵੱਜਦਾ ਤੇ ਦਮ ਦੀਆਂ ਸਭੇ ਕਾਂ, ਦਮ ਹੀ ਦੁਸ਼ਮਣ ਤੇ ਦਮ ਹੀ ਸੱਜਣ, ਦਮ ਹੀ ਦੁਸ਼ਮਣ ਤੇ ਦਮ ਹੀ ਸੱਜਣ ਤੇ ਦਮ ਨਾਲ ਮੌਜ ਬਹਾ। ਰੱਬ ਦੇ ਬੰਦੇ ਦੀ ਜਾਤ ਹੈ ਇੱਕੋ ਜਿਵੇਂ ਕੱਪੜੇ ਦੀ ਜਾਤ ਹੈ, ਰੱਬ ਦੇ ਬੰਦੇ ਦੀ ਜਾਤ ਹੈ ਇੱਕੋ ਜਿਵੇਂ ਕੱਪੜੇ ਦੀ ਜਾਤ ਹੈ, ਰੂਹ ਕੱਪੜੇ ਦੇ ਵਿੱਚ ਰੂਹ ਹੈ ਲੁਕਿਆ, ਕੱਪੜੇ ਦੇ ਵਿੱਚ ਰੂਹ ਹੈ ਲੁਕਿਆ ਤੇ ਬੰਦਿਆਂ ਵਿੱਚ ਲੁਕਿਆ, ਤੇ ਬੰਦਿਆਂ ਵਿੱਚ ਲੁਕਿਆ ਤੂੰ ਮੇਰੀ। ਮੈਂ ਨੇ ਮੈਨੂੰ ਤੇਰੇ ਤੋਂ ਜੁਦਾ ਰੱਖਿਆ, ਮੈਨੂੰ ਆਦਮੀ ਤੇ ਤੈਨੂੰ ਖੁਦਾ ਰੱਖਿਆ, ਮੇਰੀ ਮੈਂ ਨੇ ਮੈਨੂੰ ਤੇਰੇ ਤੋਂ ਜੁਦਾ ਰੱਖਿਆ, ਮੈਨੂੰ ਆਦਮੀ ਤੇ ਤੈਨੂੰ ਖੁਦਾ ਰੱਖਿਆ, ਜਿਹਨੂੰ ਤੂੰ ਚਾਹੇ ਉਹ ਤੇਰਾ ਨਹੀਂ, ਜੋ ਤੇਰਾ ਏ ਤੈਨੂੰ ਗੈਰ ਲੱਗੇ, ਤਿਲਕਣ ਬਹਾਜੀ ਸੋਚਾਂ ਦੀ ਜੋ ਤਿਲਕ ਗਏ ਨਾ ਪੈਰ ਲੱਗੇ, ਜੋ ਤਿਲਕ ਗਏ ਨਾ ਪੈਰ ਲੱਗੇ। ਕਦੇ ਕੋਠੀ ਮੰਗਦਾ ਏ, ਕਦੇ ਕਾਰ ਮੰਗਦਾ ਏ, ਕਦੇ ਕੋਠੀ ਮੰਗਦਾ ਏ, ਕਦੇ ਕਾਰ ਮੰਗਦਾ ਏ, ਦਾਦੇ ਕੋਲੋਂ ਸੁੱਖ ਤੂੰ ਹਜ਼ਾਰ ਮੰਗਦਾ, ਪਰ ਸੋਚ ਮਨਾ ਲਾਲਚ ਤਾਂ ਬੁਰੀ ਏ ਬਲਾ, ਪਰ ਸੋਚ ਮਨਾ ਲਾਲਚ ਤਾਂ ਬੁਰੀ ਏ ਬਲਾ, ਜੇ ਮੰਗਣਾ ਤਾਂ ਮੰਗ ਸਿਰ ਬੱਤ ਦਾ ਪਲਾ, ਜੇ ਮੰਗਣਾ ਤਾਂ ਮੰਗ ਸਿਰ ਬੱਤ ਦਾ ਪਲਾ। ਆਉਣ ਜਾਣ ਦਾ ਦੇਹੜੀ ਮਿਟਾਵੇ, ਲਿਖਿਆ ਵੇਹ ਪੁਰਾਣੀ
ਸੋਮਾ ਅਮਿਤ ਦਾ ਗੁਰੂ ਨਾਨਕ ਦੀ ਬਾਣੀ ਸੋਮਾ ਅਮਿਤ ਗੁਰੂ ਨਾਨਕ ਦੀ ਬਾਣੀ ਸੋਮਾ ਅਮਿਤ ਦਾ ਵਾਹਿਗੁਰੂ ਵਾਹਿਗੁਰੂ ਸ਼ਬਦ ਜਿਨ੍ਹਾਂ ਨੇ ਹੈ ਮੁੱਖ ਵਿੱਚ ਜੋੜ ਲਿਆ ਆਉਣਾ ਜਾਣਾ ਚੱਕਰ ਚੁਰਾਸੀ ਵਾਲਾ ਜਾਵੇ ਕੱਟਿਆ ਆਉਣਾ ਜਾਣਾ ਚੱਕਰ ਚੁਰਾਸੀ ਵਾਲਾ ਜਾਵੇ ਕੱਟਿਆ ਅਜਮਲ ਪਾਪੀ ਵੀ ਅਜਮਲ ਪਾਪੀ ਵੀ ਤਰੇ ਤੂੰ ਕਹਾਉਣਾ ਤਰੇ ਪੁਰਾਣੀ ਸੋਮਾ ਅਮਿਤ ਗੁਰੂ ਨਾਨਕ ਦੀ ਬਾਣੀ ਸੋਮਾ ਗੁਰੂ ਨਾਨਕ ਦੀ ਬਾਣੀ ਸੋਮਾ ਅਮਿਤ ਦਾ ਤੂੰ ਜੰਗਲਾਂ ਵਿੱਚ ਲੱਭਦਾ ਹੈ ਵਿੱਚ ਵਸਦਾ ਤੇਰੇ ਇੱਕ ਮਨ ਹੋ ਕੇ ਭਗਤੀ ਕਰ ਲੈ ਕਿਉਂ ਫਿਰਦਾ ਹੈ ਵਿੱਚ ਨੇੜੇ ਇੱਕ ਮਨ ਹੋ ਕੇ ਭਗਤੀ ਕਰ ਲੈ ਕਿਉਂ ਫਿਰਦਾ ਹੈ ਵਿੱਚ ਨੇੜੇ ਵਿੱਚ ਦਰਗਾਹ ਦੇ ਮਿਲਣੀ ਧੋਈ ਵਿੱਚ ਦਰਗਾਹ ਦੇ ਮਿਲਣੀ ਤੂੰ ਸੱਚ ਕਰਕੇ ਜਾਣੀ ਸੋਮਾ ਗੁਰੂ ਨਾਨਕ ਦੀ ਬਾਣੀ ਸੋਮਾ ਗੁਰੂ ਨਾਨਕ ਦੀ ਬਾਣੀ ਸੋਮਾ ਅੰਮ੍ਰਿਤ ਦਾ ਉੱਠ ਕੇ ਜਿਹੜਾ ਨਾ ਪ੍ਰਭੂ ਦਾ ਲੇਵਾ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਸੁਰਤ ਸ਼ਬਦ ਦੇ ਨਾਲ ਜੋੜੀ ਸੁਰਤ ਸ਼ਬਦ ਦੇ ਨਾਲ ਜੋੜੀ ਕਮਲ ਰਹੇ ਵਿੱਚ ਪਾਣੀ ਸੋਮਾ ਅੰਮ੍ਰਿਤ ਗੁਰੂ ਨਾਨਕ ਦੀ ਬਾਣੀ ਸੋਮਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਸੋਮਾ ਅੰਮ੍ਰਿਤ ਦਾ ਸੋਮਾ ਅੰਮ੍ਰਿਤ ਦਾ ਗੁਰੂ ਨਾਨਕ ਦੀ ਬਾਣੀ ਪ੍ਰੋਗਰਾਮ ਦਾ ਆਗਾਜ਼ ਇੱਕ ਧਾਰਮਿਕ ਗੀਤ ਤੋਂ ਹੋਇਆ ਜੀ। ਸੋ ਇੱਕ ਵਾਰ ਤੋਂ ਫਿਰ ਕਿਉਂਕਿ ਅਰੇਂਜਮੈਂਟ ਬਹੁਤ ਅੱਛਾ ਹੈ, ਮੇਲਾ ਪ੍ਰਬੰਧਕ ਕਮੇਟੀ ਦੇ ਬਹੁਤ ਬਹੁਤ ਰਿਣੀ ਹੈ, ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਇੰਨਾ ਅਰੇਂਜਮੈਂਟ ਬੜੇ ਅੱਛੇ ਢੰਗ ਦੇ ਨਾਲ ਇੰਨਾ ਅਰੇਂਜ ਕੀਤਾ ਹੋਇਆ ਹੈ। ਔਰ ਸ਼ੁਕਰੀਆ ਅਦਾ ਕਰਾਂ ਜਿਨ੍ਹਾਂ ਦੀ ਬਦੌਲਤ ਸਾਡੀ ਆਵਾਜ਼ ਇਸ ਸਟੇਜ ਦੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ। ਸਾਡੇ ਸਤਿਕਾਰਯੋਗ ਡਿੰਪਲ ਸਾਊਂਡ
थैंक यू जी, बहुत ही सारा मान सत्कार प्यार इस तारवे गीत तो खुश होके सरदार कुलदीप सिंह जी प्रधान साहब वणी के उन्होंने वालों बहुत सारा आशीर्वाद बहुत सारा माण है, शुक्रिया अदा करा जिन्होंने मान दिता जी प्यार दिता। सो आओ उस रंग वाल चलीए जिन्हों गीतों टेर सरानता का प्यार सत्कार टीवी स्क्रीन राही दिने हो। सो यूट्यूब तो साडा हुणे हुणे जिहड़ा गीत रिकॉर्ड होया है एक सिंगल ट्रैक 16 किले, सो तकरीबन सारे गीतों ने तुसीं प्यार करदे हो सत्कार करदे हो। सो आओ उन्हां गीतां वल चलीए। सो अगले गीत अगलियां गल्लां तुहाडी नज़र एक बार तो फिर जनाब मीत बराड़ी। सो बहुत मेहरबानी बहुत शुक्रिया। जदों इदां दे स्रोते मिलदे उदों कुछ सुनाउण नूं जी करदा, कुछ काम दीआं गल्लां करन नूं जी करदा, क्योंकि सानूं मेलिआं च भाई जी इदां दे स्रोते मिलदे आ। ਵਿਆਹਾਂ ਦੇ ਵਿੱਚ ਤਾਂ ਕੀ ਹੁੰਦਾ ਸੀ, ਪਹਿਲਾਂ ਅੱਧਾ ਪੌਣਾ ਘੰਟਾ ਹੀ ਗਾਉਣਾ ਹੁੰਦਾ, ਉਸ ਤੋਂ ਬਾਅਦ ਤਾਂ ਜਦੋਂ ਪੈਕ ਸ਼ੈਕ ਲੱਗ ਜਾਂਦਾ ਥੋੜ੍ਹੇ ਜਿਹੇ ਟਾਇਰ ਜਿਹੇ ਹੋ ਜਾਂਦੇ ਬਾਈ, ਅੱਧੇ ਤਾਂ ਜਨਰੇਟਰ ਦੀ ਆਵਾਜ਼ 'ਤੇ ਨੱਚੀ ਜਾਂਦੇ, ਰੌਲਾ ਰੱਪਾ ਹੀ ਸੁਣਨਾ ਹੁੰਦਾ। ਸੋ ਗੱਲ ਕਰਦੇ ਹਾਂ ਮਜਬੂਰੀ ਦੀ। ਪਿੱਛੇ ਜੇ ਮੇਰੀ ਇੱਕ ਐਲਬਮ ਆਈ ਸੀ ਜੀ ਕੀ ਹਾਲ ਚਾਲ ਸੁਣਾ ਸੁਣੀ ਹੈ, ਕੀ ਹਾਲ ਚਾਲ ਹੈ ਵੇ ਸੁਣਿਆ, ਬਸ ਤੇਰਾ ਹੀ ਖਿਆਲ ਹੈ। ਸਾਰੇ ਗੀਤਾਂ ਤੁਸੀਂ ਬੜਾ ਪਿਆਰ ਬੜਾ ਸਤਿਕਾਰ ਬਖਸ਼ਿਆ। 16 ਕਿੱਲਿਆਂ ਦਾ ਵੇਖਿਆ ਪਹਿਲਾਂ ਟੱਕ ਤੇਰੇ ਬਾਪੂ ਨੇ ਰੱਖੀ ਲਾਡਲੀ, ਮੈਂ ਸੁੱਤੀ ਨਹੀਂ ਜਗਾਇਆ ਮੇਰੀ ਮਾਂ ਨੇ। ਥੋੜ੍ਹੇ ਦਿਨਾਂ ਤੱਕ ਅਸੀਂ ਇੱਕ ਨਵਾਂ ਗਾਣਾ ਮੇਲੇ ਵਾਲਾ ਰਿਲੀਜ਼ ਕਰਨਾ, ਬਾਈ ਸੇਮਾ ਤਲਵੰਡੀ ਵਾਲਾ ਉਹਨਾਂ ਦਾ ਲਿਖਿਆ ਹੈ। ਬਾਪੂ ਗੁੱਸੇਖੋਰ ਦੋ ਚਾਰ ਵਾਰੀ ਦੂਰਦਰਸ਼ਨ 'ਤੇ ਲੱਗਿਆ, ਸ਼ਾਇਦ ਕਿਸੇ ਨੇ ਸੁਣਿਆ ਹੋਵੇ, ਉਹ ਵੀ ਤੁਹਾਨੂੰ ਸੁਣਾਵਾਂਗੇ। ਔਰ ਜਿਸ ਗੀਤ ਨੂੰ ਤੁਸੀਂ ਬੜਾ ਪਿਆਰ ਬੜਾ ਸਤਿਕਾਰ ਬਖਸ਼ਿਆ, ਮੈਂ ਕਿੱਥੇ ਟੱਕਰਾਂ ਮਾਰੂ ਮੈਂ ਢਾਬੇ 'ਤੇ ਲੈ ਜਾ ਯਾਰਾਂ ਨੂੰ, ਤੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਲਾ ਦੇਣੀ। ਸੋ ਸਾਰੇ ਗੀਤ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰਾਂਗੇ, ਇੱਕ ਦੋ ਗੀਤ ਸੁਣ ਲਓ, ਉਸ ਤੋਂ ਬਾਅਦ ਆਪਾਂ ਲਗਾਤਾਰ ਤੁਹਾਨੂੰ ਦੁਗਾਣੇ ਸੁਣਾਵਾਂਗੇ, ਕਿਉਂਕਿ ਜਿਹੜਾ ਮਾਝਾ ਏਰੀਆ ਥੋੜ੍ਹਾ ਜਿਹਾ ਦੁਗਾਣਿਆਂ ਦਾ ਜ਼ਿਆਦਾ ਸ਼ੌਕੀਨ ਹੈ। ਸੋਲੋ ਗੀਤ ਕੀ ਹੈ ਜੀ, ਇੱਕ ਕੌੜੀ ਸਚਾਈ। ਲੋਕ ਤਾਂ ਅਲੱਗ ਅਲੱਗ ਮਹਿਕਮਿਆਂ ਦੀ ਗੱਲ ਹੈ, 5-7 ਮਹਿਕਮੇ ਗਿਣੇ ਅਸੀਂ, ਮਹਿਕਮੇ ਤਾਂ ਬਹੁਤ ਜ਼ਿਆਦਾ ਸਾਰੇ ਗਿਣ ਨਹੀਂ ਸਕਦੇ, ਕਿ ਕਿਹੜੇ ਕਿਹੜੇ ਬੰਦੇ ਦੀ ਕਿੱਥੇ ਕਿੱਥੇ ਔਰ ਕੀ ਕੀ ਮਜ਼ਬੂਰੀ ਹੁੰਦੀ ਹੈ। ਕੀ ਲਿਖਿਆ ਬਾਈ ਲਖਵਿੰਦਰ ਮਾਨ ਮਰੌੜਾ ਵਾਲਿਆਂ ਨੇ, ਸੋ ਜਿਹੜਾ ਗੌਰ ਕਰਿਓ ਇੱਕ ਪੰਜਾਬੀ ਦੀ ਕਹਾਵਤ ਆ ਵੀ ਬਗਾਨੀ ਥਾਲੀ 'ਚ ਲੱਡੂ ਵੱਡਾ ਲੱਗਦਾ। ਬੰਦਾ ਆਪ ਕੋਈ ਵੀ ਕੰਮ ਕਰਦਾ ਹੋਵੇ, ਆਪਦਾ ਕੰਮ ਛੱਡ ਕੇ ਦੂਜੇ ਦੇ ਕੰਮ 'ਚ ਆਪਾਂ ਨਿਗਾਹ ਜ਼ਰੂਰ ਮਾਰਦੇ ਹਾਂ, ਇਹਨਾਂ ਦਾ ਕੰਮ ਵਧੀਆ। ਖਾਸ ਕਰਕੇ ਬਾਈ ਜੀ ਸਾਡੇ 'ਤੇ ਉਂਗਲੇ ਬਹੁਤ ਉੱਠਦੀ ਹੈ ਕਲਾਕਾਰਾਂ ਦੇ, ਯਾਰ ਕਲਾਕਾਰਾਂ ਦਾ ਕੰਮ ਵਧੀਆ, 2-2.5 ਘੰਟੇ ਲੈ ਕੇ 70-80 ਰੁਪਏ ਤੁਰ ਜਾਂਦੇ। ਪਰ ਕੰਮ ਕੋਈ ਵੀ ਕਰਨਾ ਸੌਖਾ ਨਹੀਂ, ਕੰਮ ਸਾਰੇ ਹੀ ਔਖੇ ਹੈ। ਜੱਟਾਂ ਦੇ ਮੁੰਡੇ ਜਿਹੜੇ ਇਸ ਲਾਈਨ 'ਚ ਪਏ ਹੋਏ ਹੈ, ਉਹ ਕਈ ਵਾਰੀ ਕਿਉਂਕਿ ਹੁਣ ਮਹਿੰਗਾ ਬਹੁਤ ਹੋ ਗਿਆ ਸੌਦਾ, ਇਹ ਕਈ ਵਾਰੀ ਵੱਟਾਂ ਸਿੱਧੀਆਂ ਕਰਨੀਆਂ ਪੈ ਜਾਂਦੀਆਂ, ਜ਼ਮੀਨਾਂ ਨੂੰ ਆਸੇ ਪਾਸੇ ਕਰਨਾ ਪੈ ਜਾਂਦਾ, ਫੇਰ ਕੰਮ ਸੂਤ ਆਉਂਦਾ। ਕੀ ਲਿਖਿਆ ਕਲਾਕਾਰਾਂ ਬਾਰੇ ਜਿਹੜਾ ਗੌਰ, ਮਜਬੂਰੀ ਬਈ ਕਲਾਕਾਰ ਨੂੰ ਵੀ ਏਦਾਂ ਹੀ ਵਕਤ ਲੰਘਾਉਣਾ ਪੈਂਦਾ ਇਹ, ਕਲਾਕਾਰ ਨੂੰ ਵੀ ਏਦਾਂ ਹੀ ਵਕਤ ਲੰਘਾਉਣਾ ਪੈਂਦਾ ਏ, ਪਹਿਲੇ 2-3 ਸਾਰੇ ਅਖਾੜਾ ਮੁਫ਼ਤ ਚਲਾਉਣਾ ਪੈਂਦਾ ਏ, ਵਿੱਚ ਘਰਵਾਲੀ ਦੇ ਗਹਿਣੇ ਛੰਨਾ ਭੰਨ ਬਣਾ ਲੈ ਛੇੜੇ, ਬਈ ਵਿੱਚ ਘਰਵਾਲੀ ਦੇ ਗਹਿਣੇ ਛੰਨਾ ਭੰਨ ਬਣਾ ਲੈ ਛੇੜੇ, ਹਾਂ ਪੈਸੇ ਟੀਵੀ ਵਾਲਿਆਂ ਲੈਣੇ ਹੋਣੀ ਫਿਰ ਮਸ਼ਹੂਰੀਆ, ਇਹ ਵੀ ਇੱਕ ਮਜਬੂਰੀ ਆ ਬਈ, ਇਹ ਵੀ ਇੱਕ ਮਜਬੂਰੀ ਆ, ਇਹ ਵੀ ਇੱਕ ਮਜਬੂਰੀ ਆ ਬਈ, ਇਹ ਵੀ ਇੱਕ ਮਜਬੂਰੀ ਆ, ਇਹ ਵੀ ਇੱਕ ਮਜਬੂਰੀ ਆ ਬਈ, ਇਹ ਵੀ ਇੱਕ ਮਜਬੂਰੀ ਆ, ਅਗਲੀ ਗੱਲ ਆ ਸਾਡੀ ਪੰਜਾਬ ਪੁਲਿਸ ਦੀ ਕੀ ਮਜਬੂਰੀ ਹੈ ਜਗਾਰ, ਬਈ ਜਾਨ ਮਾਲ ਦੀ ਰਾਖੀ ਸਾਡੀ ਪੁਲਿਸ ਵਿਚਾਰੀ ਕਰਦੀ ਆ, ਹਾਂ ਧੁੱਪਾਂ ਦੇ ਵਿੱਚ ਸੜਦੀ ਆ ਤੇ ਪਾਲੇ ਦੇ ਵਿੱਚ ਠਰਦੀ ਆ, ਬਈ ਜਾਨ ਮਾਲ ਦੀ ਰਾਖੀ ਸਾਡੀ ਪੁਲਿਸ ਵਿਚਾਰੀ ਕਰਦੀ ਆ, ਹਾਂ ਧੁੱਪਾਂ ਦੇ ਵਿੱਚ ਸੜਦੀ ਆ ਤੇ ਪਾਲੇ ਦੇ ਵਿੱਚ ਠਰਦੀ ਆ, ਬਈ ਲਾਦਾ ਸੜਕ ਵਿਚਾਲੇ ਨਾਕਾ ਗੱਡੀ ਰੋਕ ਸਾਈਡ ਤੇ ਕਾਕਾ, ਹਾਂ ਲੱਗਦਾ ਸੜਕ ਵਿਚਾਲੇ ਨਾਕਾ ਗੱਡੀ ਰੋਕ ਸਾਈਡ ਤੇ ਕਾਕਾ,
500 ਛੇ ਦੀ ਕੱਢ ਚ ਲਾਕਾ ਖਾਣਾ ਚਿਕਨ ਤੰਦੂਰੀਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ ਅਗਲੀ ਗੱਲ ਆ ਸਾਡੇ ਇਹਨਾਂ ਬਾਈਆਂ ਦੀ ਮੂਵੀ ਵਾਲਿਆਂ ਦੀ ਇਹਨਾਂ ਦੀ ਕੀ ਮਜਬੂਰੀ ਹੈ ਬਈ ਹੈ ਤਾਂ ਮਿੱਠੀ ਮਿੱਠੀ ਬੇਇੱਜ਼ਤੀ ਪਰ ਮੈਂ ਸ਼ੁਰੂ ਆਪਣੇ ਕੋਲ ਕੀਤੀ ਹੈ ਕੀ ਲਿਖਿਆ ਇਹਨਾਂ ਬਾਰੇ ਹੋ ਸਾਰੀ ਦੁਨੀਆ ਕਹਿੰਦੀ ਮੂਵੀ ਵਾਲੇ ਐਸ਼ਾ ਲੈਂਦੇ ਨੇ ਅਗਲਾ ਕਹਿੰਦਾ ਇਹਨਾਂ ਦਾ ਕੰਮ ਵਧੀਆ ਰੱਖ ਕੇ ਮੋਢੇ ਦੇ ਕੈਮਰਾ ਸਾਰਾ ਦਿਨ ਅੱਖ ਜੀ ਮੀਚ ਕੇ ਤੁਰੇ ਫਿਰਦੇ ਆ ਪਰ ਇਹ ਵੀ ਨਹੀਂ ਸੌਖਾ ਕੰਮ ਸਾਰੀ ਦੁਨੀਆ ਕਹਿੰਦੀ ਮੂਵੀ ਵਾਲੇ ਐਸ਼ਾ ਲੈਂਦੇ ਨੇ ਪਰ ਇਹ ਢਿੱਡੋ ਭੁੱਖੇ ਬਸ ਖਾਂਦਿਆਂ ਨੂੰ ਵੇਂਦੇ ਰਹਿੰਦੇ ਨੇ ਹੋ ਸਾਰੀ ਦੁਨੀਆ ਕਹਿੰਦੀ ਮੂਵੀ ਵਾਲੇ ਐਸ਼ਾ ਲੈਂਦੇ ਨੇ ਪਰ ਇਹ ਢਿੱਡੋ ਭੁੱਖੇ ਬਸ ਖਾਂਦਿਆਂ ਨੂੰ ਵੇਂਦੇ ਰਹਿੰਦੇ ਨੇ ਅੱਗੋਂ ਮਿਲ ਜਾਂਦੇ ਕਈ ਬਾਈ ਜਾਂਦੇ ਪੈਗ ਤੇ ਪੈਗ ਚੜ੍ਹਾਈ ਹੋ ਅੱਗੋਂ ਮਿਲ ਜਾਂਦੇ ਕਈ ਬਾਈ ਜਾਂਦੇ ਪੈਗ ਤੇ ਪੈਗ ਚੜ੍ਹਾਈ ਬਈ ਫੋਟੋ ਟਾਈਮ ਤੇ ਜੇ ਨਾ ਲਾਹੀ ਫਿਰ ਕਰਦੇ ਬੇਇੱਜ਼ਤੀ ਪੂਰੀ ਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ ਅਗਲੀ ਗੱਲ ਹੈ ਜੀ ਕਿਉਂਕਿ ਜਿਹੜੀਆਂ ਇਹ ਪੀਰਾਂ ਦੀਆਂ ਜਗ੍ਹਾ ਨੇ ਬੜੀਆਂ ਪਵਿੱਤਰ ਜਗ੍ਹਾ ਬਹੁਤ ਪੁਰਾਣੀਆਂ ਜਗ੍ਹਾ ਜਿਹੜਾ ਕੋਈ ਇੱਥੇ ਨਹੀਂ ਵੀ ਝੁਕਣਾ ਚਾਹੁੰਦਾ ਉਹਨੂੰ ਵਿਚਕਾ ਲੈਂਦੇ ਆ ਸੋ ਗੱਲ ਬਈ ਜੀ ਉਹਨਾਂ ਬਾਬਿਆਂ ਦੀ ਗੱਲ ਕਰਨ ਲੱਗਾ ਜਿਹੜੇ ਘਰੋਂ ਪਹਿਲਾਂ 25-30 ਇੱਟਾਂ ਲਿਜਾ ਕੇ ਸੜਕ ਤੇ ਲੱਗਦੀ ਬੇਰੀ ਦੇ ਮੋਢੇ ਸਿੱਟ ਲੈਂਦੇ ਆ ਕੀ ਹੁੰਦਾ ਉੱਥੇ ਟਰੈਕਟਰਾਂ ਟਰਾਲੀਆਂ ਵਾਲੇ ਟਰੱਕਾਂ ਵਾਲੇ ਕੋਈ 4 ਇੱਟਾਂ ਸਿੱਟ ਗਿਆ ਕੋਈ 10 ਸਿੱਟ ਗਿਆ ਕੋਈ 20 ਸਿੱਟ ਗਿਆ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਜਾਂਦੀਆਂ ਜੇ ਉਹਨਾਂ ਦੇ ਇਤਿਹਾਸ ਬਾਰੇ ਪੁੱਛੀਏ ਤਾਂ ਵਿੱਚ ਕੁਛ ਵੀ ਨਹੀਂ ਹੁੰਦਾ ਇਹ ਅਸੀਂ ਪੰਜਾਬੀਆਂ ਵਿੱਚ ਮੈਂ ਵੀ ਹਾਂ ਅਸੀਂ ਇੱਕ ਦੂਜੇ ਦੇ ਮਗਰ ਲਾ ਕੇ ਐਵੇਂ ਹੀ ਚੁੱਕ ਚੁੱਕ ਕੇ ਮੱਥਾ ਟੇਕੀ ਜਾਂਦੇ ਹਾਂ ਔਰ ਬੜਾ ਬਾਬਿਆਂ ਨੂੰ ਸਟਾਰ ਬਣਾਉਣ 'ਚ ਸਾਡੀਆਂ ਭੈਣਾਂ ਦਾ ਯੋਗਦਾਨ ਥੋੜ੍ਹਾ ਜਿਹਾ ਵੱਧ ਹੁੰਦਾ ਨਹੀਂ ਉਦੋਂ ਹੀ ਦੁੱਧ ਦਾ ਚੱਕ ਕੇ ਡੋਲੂ ਜਿਹਾ ਤੁਰ ਪੈਂਦੇ ਬਾਬਾ ਜੀ ਕੋਲ ਚੱਲੇ ਜੀ ਉੱਥੋਂ ਸਾਰੇ ਹੱਲ ਉੱਥੋਂ ਹੀ ਹੋਣੇ ਕੀ ਲਿਖਿਆ ਇਹ ਵੀ ਇੱਕ ਬੇਰੁਜ਼ਗਾਰੀ ਦਾ ਹਿੱਸਾ ਜਦੋਂ ਡਿਗਰੀਆਂ ਕਰਕੇ ਮੁੰਡੇ ਵਿਹਲੇ ਫਿਰਦੇ ਹੋਰ ਕੋਈ ਕੰਮ ਮਿਲਦਾ ਨਹੀਂ ਅਗਲਾ ਕਹਿੰਦਾ ਕੰਮ ਚਲਾ ਲਈਏ ਵਧੀਆ ਨਾਲੇ ਕਮਾਈ ਮੋਟੀ ਹੁੰਦੀ ਹੈ ਨਾਲੇ ਪੁੰਨ ਨਾਲੇ ਫਲੀਆਂ ਦੋਵੇਂ ਕੰਮ ਹੀ ਹੋ ਜਾਂਦੇ ਹਨ ਕੀ ਲਿਖਿਆ ਦਰਕਾਰ ਬਈ ਬੇਰੁਜ਼ਗਾਰ ਜਗਾੜੀ ਬੰਦਾ ਬਾਬਾ ਬਣ ਕੇ ਬਹਿ ਜਾਂਦਾ ਹਾਂ ਬੇਰੁਜ਼ਗਾਰ ਜਗਾੜੀ ਬੰਦਾ ਬਾਬਾ ਬਣ ਕੇ ਬਹਿ ਜਾਂਦਾ ਪਾਉਂ 12 ਹੋ ਜਾਣ ਦਿਨਾਂ ਵਿੱਚ ਸਾਰਾ ਘਰ ਜਾ ਬੇਰੁਜ਼ਗਾਰ ਜਗਾੜੀ ਬੰਦਾ ਬਾਬਾ ਬਣ ਕੇ ਬਹਿ ਜਾਂਦਾ ਹਾਂ ਪਾਉਂ 12 ਹੋ ਜਾਣ ਦਿਨਾਂ ਵਿੱਚ ਸਾਰਾ ਘਰ ਜਾ ਲੈ ਜਾਂਦਾ ਬਸ ਹੁਣ ਬਾਬਾ ਜੀ ਨੇ ਵਿਹਲੇ ਅੱਗੇ ਪਿੱਛੇ ਘੁੰਮਦੇ ਚੇਲੇ ਹਾਂ ਬਸ ਹੁਣ ਬਾਬਾ ਜੀ ਨੇ ਵਿਹਲੇ ਅੱਗੇ ਪਿੱਛੇ ਘੁੰਮਦੇ ਚੇਲੇ ਹੋ ਖਾਂਦੇ ਸੇਬ ਸੰਤਰੇ ਕੇਲੇ ਦੇ ਸੀ ਘਿਓ ਦੀ ਚੂਰੀ ਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ ਇਹ ਵੀ ਇੱਕ ਮਜਬੂਰੀ ਆ ਬਈ ਇਹ ਵੀ ਇੱਕ ਮਜਬੂਰੀ ਆ
سو لاسٹ گل ہے جی انہوں سجنا کی گل ہے جہے شام کو ماڑا موٹا تسنا کر لیں پیگ شگ لا لیں بھائی جی پینا میں روزانہ پینی ہوں کدے میں خوشی چ پینا کدے گمی چ پینا دونوں گلوں چ ایک گل ہر گھر ڈیلی ہوں ہوں کدے خوشی ہوں کدے گمی ہوں سو یہ جی دونوں گلیں نہ ہو پھر ٹینشن تو کدے گئی نہیں اگلا کہندا ودیا شام نو دو پیگ لا کے روٹی کھا کے سو جاؤ نیند سوکھی ہے نہیں سویر نو ویکھی جاؤ کی بنتا لینے دینے دا فکر سویرے ویکھاں گے کی لکھے اس کیٹاگری بارے کسے گل دی رات نو 12 بجے تک تا کسے گل دی کوئی پرواہ نہیں کردی پھر جدوں سویر نو اکھاں جیاں کھلدیاں پھر یاد آندی وی رات اتوں وی فڑے سی تے اتوں وی لے آیا تے ادھروں وی آڑتی وی تنگ کردا کی لکھے جڑا غور فرمایا او کہندے ساڈی وی مجبوری اسی وی شوق نال نہیں پیندے ایک چھوٹی جی گل تمہیں سنا لگا یہ بھن جی تھوڑے بھی کام کی گل سنو ذرا گور نال میرے نال منڈا جی بینجو والا تھوڑا جا شراب پینے کا زیادہ شکین ہے ساڈا تھوڑے دن پہلا ویاہ کا پروگرام سا کی ہویا اے جہے بندے نے چوری پینی ہے پیندا بھی زیادہ ہے اگلا کہنا موٹے موٹے کٹ کے سٹ لو 5-7 مڑ کے پتا نہیں ٹائم لگنا کہ نہیں اچھا پروگرام تو بعد اکھ جی بچا کے ساڈے تو پیک شک تھوڑے جہے ود لا گیا تے کرے جاندے نو ہوا ہوا لا کے ہور چڑھ گئی کرے جا کے اپنے گھر والی دے پیریاں ہتھ لائی جاوے کہ بھوا توں کدوں آئی سی تھی سویرے تو میں تیرے گھر والی سی ہوں تینوں بھوا لگن لگ گئی سو ایں بھی ہو جاندا کئی واری اینی بھی نہیں پینی چاہیے کہ رشتے نے پتہ لگے ہاں جی سدا شرابی لکھوندرا دس کیڑا رہنا چاہتا ہے بھائی سدا شرابی لکھوندرا دس کیڑا رہنا چاہتا ہے کشٹ کلیش کرا سڈے سانو روز پیاؤں بھائی جد بھی گھر والی نہ بولے بندہ ڈٹ کے آنا کھولے ہاں جد بھی گھر والی نہ بولے بندہ ڈٹ کے آنا کھولے بس پھر کھڑ کے تختے اولے ہاں بس پھر کھڑ کے تختے اولے دو تین پیگ ضروری آ یہ بھی ایک مجبوری آ بھائی یہ بھی ایک مجبوری آ یہ بھی ایک مجبوری آ بھائی یہ بھی ایک مجبوری آ یہ بھی ایک مجبوری آ بھائی یہ بھی ایک مجبوری آ ہاں جی بابو جی کاکا کرمجیت سنگھ جی دھوری صاحب 10 روپے ٹھیک ہے جی ٹھیک ہے بابو جی جی میں تسی کہنے ہوتے ہیں کر لینے ہاں جی ہاں جی ہاں جی ضرور تسی بہت بڑی گل کیتی ہے سانو گاؤن دا نہ تیرے کوئی فائدہ نہیں جنہ تیرے سمجھنا لگی تھوں ہاں 90 رہ گئے بہت اچھی ساؤنڈ ہے جی ساڈی ڈیمپل ساؤنڈ جدو میں کہ 90 رہ گئے باپو کہنا تاڑی مار دیو ہاں تھوڑا جا ڈیمپل جی کرو تھوڑا جا کنٹرول کر لو تھوڑا جا آواز کٹا دیو مین دی ودا دیو ہور تھوڑی جی سمجھ لگ جائے جی کیونکہ سمجھ لگنی بہت ضروری ہے جی میرا 2-2.5 گھنٹے اتنے گاؤن کا کوئی فائدہ نہیں جی تھوڑا کوئی سمجھ نہ لگی تو ہاں جی سو اگلی گل کی ہے گل کر لگے نیند دی نیند کدو کدو کتھے تے کیویں اڑدی ہے جناب مکھن برار صاحب ہوراں نے کی لکھیا ہے اس تو بعد پھر دکانے تھوڑا سنا ہاں نیند اکھیاں نو چیز کوئی پیاری لگ دے جا چنگے پلے بندے نو بیماری لگ جے کیونکہ جے اکھیاں نو کوئی چیز چنگی لگ جے نیند تاں وی نہیں آؤں کی خیال ہے بھائی جے چنگا پلا بندہ تریا پھردا لیب تے جا کے ٹیسٹ کروایا وے کوئی تھوڑا جا 19-21 ڈاکٹر دس دے یار تینوں تاں بیماری ہے بیماری گھٹ ہوندی ہے ٹینشن زیادہ لے جاندا بندہ وہم زیادہ کر جاندا ہے ہاں جی اکھیاں نو چیز کوئی پیاری لگ جے جا چنگے پلے بندے نو بیماری لگ جے بھائی دل سارا من دانی روح سمجھاؤں دی دل سارا من دانی روح سمجھاؤں دی چند مکھن آئے پھر نیند کتھے آؤں دی سونے آئے پھر نیند کتھے آؤں دی
ਆਏ ਫਿਰ ਨੀਂਦ ਕਿੱਥੇ ਆਉਂਦੀ ਆ ਘਰੇ ਪਾਇਆ ਹੋਵੇ ਜੇ ਡਰੰਮ ਲਹਣ ਦਾ ਤੇ ਨੇੜੇ ਦਾ ਨਾ ਥਾਣੇਦਾਰ ਹੋਵੇ ਜਾਣਦਾ ਫਿਰ ਵੀ ਬੰਦਾ ਜਿੰਨਾ ਚਿਰ ਉਹ ਬੋਤਲਾਂ ਚ ਨਹੀਂ ਪੈਂਦੀ ਉਹਨਾਂ ਚਿਰ ਡਰ ਡਰ ਕੇ ਉੱਠੀ ਜਾਂਦਾ ਉਹ ਘਰੇ ਪਾਇਆ ਹੋਵੇ ਜੇ ਡਰੰਮ ਲਹਣ ਦਾ ਤੇ ਨੇੜੇ ਦਾ ਨਾ ਥਾਣੇਦਾਰ ਹੋਵੇ ਜਾਣਦਾ ਹਵਾ ਨਾਲ ਹਿੱਲੀ ਬਾਹਰ ਕੱਪੜੇ ਸੁੱਕਣੇ ਪਾਏ ਪਏ ਹੁੰਦੇ ਤਾਰ ਤੇ ਚਾਦਰ ਪਾਈ ਪਈ ਹੁੰਦੀ ਹੈ ਜਦੋਂ ਹਵਾ ਨਾਲ ਹਿਲਦੀ ਹੈ ਬੰਦਾ ਤਾਂ ਵੀ ਡਰ ਡਰ ਕੇ ਉੱਠੀ ਜਾਂਦਾ ਪੁਲਿਸ ਤਾਂ ਨਹੀਂ ਆ ਗਈ ਇੱਧਰੋਂ ਤਾਂ ਨਹੀਂ ਕੋਈ ਆ ਗਿਆ ਹਵਾ ਨਾਲ ਹਿੱਲੀ ਫਿਰ ਚਾਦਰ ਡਰਾਉਂਦੀ ਆ ਚੰਨ ਮੱਖਣਾ ਆਏ ਫਿਰ ਹਾਏ ਸੋਹਣਿਆ ਆਏ ਫਿਰ ਚੰਨ ਮੱਖਣਾ ਆਏ ਫਿਰ ਨੀਂਦ ਕਿੱਥੇ ਆਉਂਦੀ ਆ ਕੀ ਕਹਿੰਦੇ ਵੀਰ ਹੋਰੀ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗਦੀ ਕਿਵੇਂ ਆ ਬਾਹਲੀ ਪਿਆਰੀ ਲੱਗ ਹੀ ਲੱਗਦਾ ਕੋਈ ਚੀਜ਼ ਤੇਰੀ ਬੋਤਲ ਨਾਲ ਵੀ ਯਾਰੀ ਲੱਗਦੀ ਹੈ ਮੈਨੂੰ ਕਿਉਂਕਿ ਜਦੋਂ ਕੋਈ ਚੀਜ਼ ਪਿਆਰੀ ਲੱਗਦੀ ਹੈ ਫਿਰ ਬੋਤਲ ਨਾਲ ਵੀ ਯਾਰੀ ਲੱਗਦੀ ਹੈ ਸਵਾਲ ਮਿਹਰਬਾਨੀ ਥੈਂਕ ਯੂ ਅਗਲੀ ਗੱਲ ਕੀ ਲਿਖੀ ਹੈ ਉਹ ਖਾਧੀ ਪੀਤੀ ਵਿੱਚ ਬੰਦਾ ਸੱਚ ਬੋਲਦੇ ਤੇ ਘਰ ਦੀ ਜਨਾਨੀ ਕੋਲ ਭੇਦ ਖੋਲਦੇ ਰਾਤ ਨੂੰ ਸਾਰੀਆਂ ਗੱਲਾਂ ਦੱਸ ਪੈਂਦਾ ਘਰ ਵਾਲੀ ਵਡਿਆ ਕੇ ਪੁੱਛ ਲੈਂਦੀ ਹੈ ਅੱਜ ਕਿੱਥੋਂ ਪੀ ਗਿਆ ਨੀ ਬੜੀ ਸੋਹਣੀ ਸਮੈਲ ਆਉਂਦੀ ਕਿਹੜੀ ਪੀਤੀ ਅੱਜ ਬੜੇ ਸੋਹਣੇ ਲੱਗੀ ਜਾਂਦੇ ਉਹਨੂੰ ਵਿਚਾਰੇ ਨੂੰ ਪਤਾ ਨੀ ਹੁੰਦਾ ਕਿ ਸਵੇਰ ਨੂੰ ਕਲਾਸ ਲੱਗ ਜਾਣੀ ਹੈ ਰਾਤ ਨੂੰ ਸਾਰੀਆਂ ਗੱਲਾਂ ਦੱਸ ਪੈਂਦਾ ਪੀਤੀ ਖਾਧੀ ਸਵੇਰੇ ਪਛਤਾਉਂਦਾ ਮੁੜ ਕੇ ਬਣਦਾ ਨੀ ਕੁਛ ਤੀਰ ਕਮਾਨੋ ਬੋਲ ਜਮਾਨੋ ਜੋ ਨਿਕਲ ਜਾਂਦੇ ਫਿਰ ਵਾਪਸ ਨਹੀਂ ਆਉਂਦੇ ਕੀ ਲਿਖਿਆ ਉਹ ਖਾਧੀ ਪੀਤੀ ਵਿੱਚ ਬੰਦਾ ਸੱਚ ਬੋਲਦੇ ਤੇ ਘਰ ਦੀ ਜਨਾਨੀ ਕੋਲੇ ਭੇਦ ਖੋਲਦੇ ਫਿਰ ਸੁਪਨੇ ਚ ਅੱਖਾਂ ਕੱਢ ਕੱਢ ਕੇ ਡਰਾਉਂਦੀ ਆ ਬਈ ਸੁਪਨੇ ਚ ਅੱਖਾਂ ਕੱਢ ਕੱਢ ਕੇ ਡਰਾਉਂਦੀ ਆ ਚੰਗ ਮੱਖਣਾ ਆਏ ਫਿਰ ਸੋਹਣਿਆ ਆਏ ਫਿਰ ਚੰਗ ਮੱਖਣਾ ਆਏ ਫਿਰ ਨੀਂਦ ਕਿੱਥੇ ਆਉਂਦੀ ਆ ਕਿੱਧਰ ਗਿਆ ਅੱਖੀਆਂ ਹਾਂ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗਦੇ ਜਾਂ ਚੰਗੇ ਭਲੇ ਬੰਦੇ ਨੂੰ ਬਿਮਾਰੀ ਲੱਗਦੇ ਬਈ ਦਿਲ ਸਾਰਾ ਮੰਨਦਾ ਨੀ ਰੂਹ ਸਮਝਾਉਂਦੀ ਆ ਚੰਨ ਮੱਖਣਾ ਆਏ ਫਿਰ ਆਏ ਸੋਹਣਿਆ ਆਏ ਫਿਰ ਚੰਨ ਮੱਖਣਾ ਆਏ ਫਿਰ ਨੀਂਦ ਕਿੱਥੇ ਆਉਂਦੀ ਆ ਜੇ ਅੱਧ ਵਿੱਚ ਕਿਸੇ ਦਾ ਪਿਆਰ ਟੁੱਟ ਜੇ ਜਾਂ ਚੰਗੀ ਭਰੀ ਕਿਸੇ ਨਾਲ ਮਸ਼ਹੂਰ ਸੱਚੇ ਪਿਆਰਾਂ ਦੀ ਗੱਲ ਆ ਫੇਸਬੁੱਕ ਵਾਲੇ ਵਟਸਐਪ ਵਾਲੇ ਪਿਆਰ ਨਹੀਂ
जे अद विच किसे दा प्यार टुट जे जा चंगी भली किसे ना मशूक रुस जे सिर विचों चीस सिद्धी हा दिल विच आउंदी आ सिर विचों चीस सिद्धी हा दिल विच आउंदी आ मक्खन बनाड़ा फिर आए सोने आए फिर मक्खन आए फिर सोने आए फिर नींद कित्थे आउंदी आ नींद कित्थे आउंदी आ नींद कित्थे आउंदी आ ओ नींद कित्थे आउंदी आ थैंक यू मेहरबानी बालकोनी वाले तुसी भी ताड़ी मार दिया करो जिहड़े मगर बैठे आ नहीं थोनू तो मैं देख रहा हां क्या बात है इंजॉय कर रहे हो बहुत अच्छे ढंग दे नाल होना भी इदां ही चाहिए जिंदगी दे विच इही कुछ है पर ताड़ी जरूर मार दिया करो क्योंकि यह जिहड़ी तुहाड़ी ताड़ी है यह साडे कलाकारां लई देसी घिओ दा कम करदी है जी महंगाई का जमाना भीरे देसी घिओ अजकल मिलता कित्थे है जे मिल जे तां खाधा नहीं जांदा जे खा लईए तां पचदा नहीं जे पचे तां बंदा बचदा नहीं क्योंकि मिलावटी जमाना इस करके ताड़ी जरूर मारी रखिया करो मेहरबानी शुक्रिया अदा करा साड़ियां रिस्पैक्टेड शख्सियतों के विचों बहुत ही सारा मान सत्कार प्यार दे नाल माझा है शुक्रिया अदा करा सरदार बहादुर सरदार हरजीत सिंह जी और डॉक्टर नरेंद्र सिंह जी उन्होंने वालों 500 रुपए का बड़ा ही खूबसूरत मान आया जी शुक्रिया अदा करते हैं होर भी साड़िया रिस्पैक्टेड शख्सियतों ने दोस्त मित्र वीर ने सामने साढ़े वीर उन्होंने बहुत सारा मान दिता है ना परमात्मा खुद जानी जाना क्योंकि ना नहीं दस के गया वीर बहुत धन्यवाद भीरे तुहाडा थैंक यू करते हैं और अरदास बेनती करते हैं जेडे वीर मान दे के गए हैं कि परमात्मा तुहाडी किरत कमाई च वाधे पावे ते बाकी जेडे भाई सज्जे खब्बे बैठे आ सारयां नूं पैसे देण दी आदत पावे जांदे वास्ते रहो क्योंकि माया आउंदी जांदी रहे तां थोड़ा दिल लगा रहिंदा यार पर ये हसन दियां गल्लां ने सियाणे कहिंदे कि पैसा की मंगना रिश्तेदार कोलों जिहड़ा घर च कलेश पवावे सियाणे कहिंदे जे किसे नाल टुटना होवे जां पैसे लै लो जां पैसे दे दिओ कि पैसा की मंगना रिश्तेदार कोलों जिहड़ा घर च कलेश पवावे ते पैसा की मंगना शाहूकार कोलों जिहड़ा दुगना व्याज लगावे पैसा मंगीए सच्चे रब कोलों जिहड़ा दे के ना पछतावे सो दा ओ टासरा लैणा चाहीदा है इहनां तों वड्डी कोई चीज़ नहीं सो हमेशा यही अरदास बेनती करते हैं कि तुहाडियां सरदारियां इसे तरह बरकरार रहन सो मेले लगते रहन बड़ी मेहरबानी सो साडे पंजाबी सभ्याचार का एक विशेष अंग दुगाने थोड़ी नजर कर लगे आउंदा रह जाऊंगा रह जाऊंगा क्या बात है क्या बात है मेहरबानी मेहरबानी थैंक यू करते हैं दोस्त मित्र वीर सो अगले गीत अगलिया गल्ला तुहाडी नजर एक बार तो फिर जनाब मीत बराड़ जी मैडम हरमन दीप सो बहुत मेहरबानी दुगाने करते हैं शुरू सुनाने थोड़ा लगातार दुगाने होना क्योंकि जब मैं पहला भी दसा सी माझा थोड़ा जहा दुगाने का ज्यादा शौकीन है पहला थोड़ा जहा गर्म का भी ज्यादा शौकीन से हूँ थोड़ा जहा ठीक हो गया मुंडे पढ़ लिख के वधिया उन्होंने कहा बजुर्गों भी समझा लिया भी बापू कोई फायदा नहीं इन्हें गाण पहला की हों कि ने कैश लै आनी कई बार घर के घरे खोल नहीं देंदे मोटर से ले जा घरे ना ला बैठी कितने क्योंकि उस गाने ही ऐसे होंगे सके हम साढ़े जी परिवारक गाने हैं सारे परिवारक वीडियो करी दे भावें कोई प्यौती कट्ठे बह के वेख लैन भावें कोई भैन भरा कट्ठे बह के वेख लैन इस तरह का कोई हुंदा नहीं वीडियो जां किसे गीत दी वर्डिंग सो पेश कर लगे पिछे पिछे आउंदा मेरी पैड़ वेंदा ऐ चीरे वाड़िया वेखदा ऐ वे मेरा लौंग बच्चा निगाह मारदा ऐ वे सो थैंक यू जरूर जी जरूर ढाबे ते जाण वाले जे होए नहीं थोड़े जे हो जाण ते फिर जाने सो साडे सत्कारयोग भाई जी होरां वल्लों फरमाइश है ढाबे ते लै जा यारां नूं सरदार बुद्ध सिंह जी नंबरदार साहब पंजाब पुलिस डॉक्टर हरविंदर सिंह जी भुल्लर साहब सरदार कुलदीप सिंह जी प्रधान बनीए के बहुत मेहरबानी बहुत शुक्रिया प्यारे वीर नरेंद्र सिंह जी बहुत मेहरबानी हाँ जी वेने कित्थे दिखदा लौंग ते किहनूं मिलदा ते की हुंदा लौंग ਵੇਖਦਾ
ਸਲੌਂਗ ਲੱਭ ਕੇ ਲਿਆਈ ਨੀ ਤੂੰ ਤਾਂ ਕਹਿ ਦਿੱਤਾ ਤੂੰ ਤਾਂ ਕਹਿ ਦਿੱਤਾ ਲੌਂਗ ਲੱਭ ਕੇ ਲਿਆਈ ਮੈਨੂੰ ਕੱਖ ਵੀ ਨਜ਼ਰ ਨਾ ਆਏ ਨੀ ਆਏ ਨੀ ਆਏ ਨੀ ਕਾਲ ਘੱਗਰਾ ਸੂਬਦਾ ਧਰਤੀ ਸੰਭਰਦਾ ਜਾਏ ਨੀ ਕਾਲ ਘੱਗਰਾ ਸੂਬਦਾ ਧਰਤੀ ਸੰਭਰਦਾ ਜਾਏ ਨੀ ਕਾਲ ਘੱਗਰਾ ਸੂਬਦਾ आवाज सुने जेठ दी ओ काली काली आई सामने डालिया दे हेठ दी कंडे आसी कुंड मैं आवाज सुने जेठ दी मैनू शक पैंदा मेरे नक जो बुड़क के मैनू शक पैंदा मैनू शक पैंदा मेरे नक जो बुड़क के डिग गया डूंगे किस थाई दे आ थाई दे आ थाई दे मेरा लोग वाचा ਨਿਗਾ ਮਾਰਦਾ ਪਿੱਛੇ ਪਿੱਛੇ ਆਉਂਦਾ ਤੇਰੀ ਪੈਰ ਵਹਿੰਦਾ ਆਉਂਦਾ ਨੀ ਰਾਹ ਚ ਗਵਾਚਿਆ ਹੈ ਲੌਂਗ ਨਾ ਤੇ ਆਉਂਦਾ ਨੀ ਤੇਰਾ ਲੌਂਗ ਨਾ ਤੇ ਆਉਂਦਾ ਪਿੱਛੇ ਪਿੱਛੇ ਆਉਂਦਾ ਤੇਰੀ ਪੈਰ ਵਹਿੰਦਾ ਆਉਂਦਾ ਨੀ ਰਾਹ ਚ ਗਵਾਚਿਆ ਹੈ ਲੌਂਗ ਨਾ ਤੇ ਆਉਂਦਾ ਨੀ ਤੇਰਾ ਲੌਂਗ ਨਾ ਤੇ ਆਉਂਦਾ ਨੀ ਆਉਂਦਾ ਰੁਕੀ ਰੋ ਮੈਂ ਤੇਰੇ ਰਾਹ ਚ ਮਜਾਜਣੇ ਨੀ ਲੌਂਗ ਰੁਕੀ ਰੋ ਮੈਂ ਘੱਗਰਾ ਸੂਬਦਾ ਧਰਤੀ ਸੁੰਬਰਦਾ ਜਾਏ ਨੀ ਕਾਲਾ ਘੱਗਰਾ ਸੂਬਦਾ ਧਰਤੀ ਸੁੰਬਰਦਾ ਜਾਏ ਨੀ ਕਾਲਾ ਘੱਗਰਾ ਸੂਬਦਾ ਥੈਂਕ ਯੂ ਜੀ ਬਹੁਤ ਸਾਰਾ ਆਸ਼ੀਰਵਾਦ ਸੋ ਬਹੁਤ ਸਾਰਾ ਆਸ਼ੀਰਵਾਦ ਸਤਿਕਾਰਯੋਗ ਬਾਬਾ ਜੀ ਹੋਰਾਂ ਵੱਲੋਂ ਜਸਵੀਰ ਸਿੰਘ ਜੀ ਯੂਕੇ ਤੋਂ ਉਹਨਾਂ ਦੇ ਛੋਟੇ ਭਰਾ ਬਲਜਿੰਦਰ ਸਿੰਘ ਹਾਂਜੀ ਭਾਜੀ ਬਲਜਿੰਦਰ ਸਿੰਘ ਹੋਰਾਂ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਮਿਹਰਬਾਨੀ ਆਦਾ ਭੈੜਿਆ ਕਮਾਰਦਾ ਕੰਨਵੇ ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨਵੇ ਹੋ ਦਿਲਾਂਦੇ ਆ ਭੈੜਿਆ ਕਮਾਰਦਾ ਕੰਨਵੇ ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨਵੇ ਮਿਲਣਾ ਤਾਂ ਮਿਲ ਨਹੀਂ ਤਾਂ ਰੁੱਸ ਜੂਗੇ ਸਦਾ ਲਈ ਮਿਲਣਾ ਤਾਂ ਮਿਲ ਹੋਏ ਮਿਲਣਾ ਤਾਂ ਮਿਲ ਨਹੀਂ ਤਾਂ ਰੁੱਸ ਜੂਗੇ ਸਦਾ ਮਿਹਨਤਾਂ ਦੇ ਨਾਲ ਬਣਾਈ ਦੇ ਤੂੰ ਮਨਾਈ ਦੇ ਹਾਂ ਮਨਾਈ ਦੇ ਮੇਰਾ ਲੋਕ ਵਾਚਾ ਨਿਗਾ ਮਾਰਦਾ ਆਈ ਰਹੇ ਮੇਰਾ ਲੋਕ ਵਾਚਾ ਹਾਂ ਨਿਗਾ ਮਾਰਦਾ ਆਈ ਰਹੇ ਮੇਰਾ ਲੋਕ ਵਾਚਾ ਕੱਟ ਪਿੱਛੋਂ ਚੁੰਨੀ ਦੀਆਂ ਬੁੱਕੜਾਂ ਸਵਾਰਦੀ ਮੋਰਾਂ ਵਾਂਗੂ ਪਹਿਲਾਂ ਪਾਉਂਦੀ ਜਾਵੇ ਛਾਲਾਂ ਮਾਰਦੀ ਹਏ ਜਾਵੇ ਛਾਲਾਂ ਮਾਰਦੀ ਕੱਟ ਪਿੱਛੋਂ ਚੁੰਨੀ ਦੀਆਂ ਬੁੱਕੜਾਂ ਸਵਾਰਦੀ ਮੋਰਾਂ ਵਾਂਗੂ ਪਹਿਲਾਂ ਪਾਉਂਦੀ ਜਾਵੇ ਛਾਲਾਂ ਮਾਰਦੀ ਤੂੰ ਜਾਵੇ ਛਾਲਾਂ ਮਾਰਦੀ ਆ ਦੂਰ ਦੂਰ ਤੱਕ ਲੌਂਗ ਮਾਰ ਲਈ ਸ਼ਿਕਾਰ ਤੇਰਾ ਭਿੱਖੀ ਵਿੰਡ ਤੱਕ ਆ ਭਿੱਖੀ ਵਿੰਡ ਤੱਕ ਲੌਂਗ ਮਾਰ ਲਈ ਸ਼ਿਕਾਰ ਕਈ ਹਾਰੀਆਂ ਦੇ ਹਰ ਛਿੜਵਾਏਗੀ ਕਾਲਾ ਘੱਗਰਾ ਸੂਬਦਾ ਧਰਤੀ ਸੁੰਬਰਦਾ ਜਾਏ ਨੀ ਕਾਲਾ ਘੱਗਰਾ ਸੂਬਦਾ ਧਰਤੀ ਸੁੰਬਰਦਾ ਜਾਏ ਨੀ ਸੂਪਦਾ
अगला दुकाना की है एक द्यौर पर जाए दी गल थोड़ी जी हम उम्र दोस्तों की गल है नवी जनरेशन की गल है फेसबुक की गल है एक द्यौर पर जाइए आपसे गलबात करते हैं द्यौर थोड़ा जा ज्यादा पढ़ा लिखा होंदा परजाई बेचारी पेंडू होंदी है देसी होंदी उतनी घट पढ़ी लिखी होंदी है द्यौर सवेर तो लैपटॉप लैके बैठ जाता है तो कला ही बैठा हसी जाता रहा भाभी कहती लै भी साढ़े मुंडे के दिमाग च फर्क पै गया हिल गया हिल चुकया कहती है उन्होंने बेचारी पता नहीं होंगे कि फेसबुक से किसी चैटिंग चल रही है ता ही कला ही बैठा हसी जाता है की लिखा कहना मैं फेसबुक से भाभी ने भी फ्रेंड बनाई है कहती मैं तैनू दिता दस पास तू हों नहीं देरा फेसबुक थैंक यू आला हो गया हो ला रख दे नू द्वारा मेरे लैपटॉप से मैसेज पढ़ पढ़ हस दे नू द्वारा एक महीना हो गया हो ला रख दे नू द्वारा मेरे लैपटॉप से मैसेज पढ़ पढ़ हस दे नू द्वारा क्यों नहीं तकदा बुक वे तेरी सत पढ़ाई है वे तेरी सत पढ़ाई है नी मैं फेसबुक ते नी भाभी सोनी दी मैं फेसबुक पे भाभी ने फ्रेंड बनाई है मैं फेसबुक पे सोनी दी फ्रेंड बनाई है मैं फेसबुक पे भाभी ने फ्रेंड बनाई है चौबी घंटे ऑनलाइन मेरे नाल रहिंदी ओ ना जाया करो पासे मैसेज कर कर कहिंदी ओ चौबी घंटे ऑनलाइन मेरे नाल रहिंदी ओ ना जाया करो पासे मैसेज कर कर कहिंदी ओ आ दिल ता होड़ा भाभी कोरे कागज तो कोरा करी साओ कागज तो कोरा मैं तैनू दिता दस पास तू हुंदा नी द्यारा तैनू दिता दस पास तू हुंदा नी द्यारा मैं तैनू दिता दस पास तू हुंदा नी द्यारा वे मैनू पता वे अज लगा मेरे पता भूल टिका नवा ले आया तू नंबर प्लेट दे उत्ते ओदा ना लिखवाया तू लिखवाया हां अज लगा मैनू पता भूल टिका नवा ले आया तू नंबर प्लेट दे उत्ते ओदा ना लिखवाया तू हां सज्जे हाथ विच मुंदरी हाँ सज्जे हाथ विच मुंदरी दस दे की दी पाई है वे दस दे की दी पाई है दो पाइया तीन पाइया मैं फेसबुक ते नी तेरे नाल सोनी मैं फेसबुक ते भाभी दी फ्रेंड बनाई है मैं फेसबुक ते सोनी दी फ्रेंड बनाई है मैं फेसबुक ते भाभी नवी फ्रेंड बनाई है जाना जाना रस्ते विचों चकना हुंदा है नी नाल बिठा के दिल दा दुखड़ा दसना हुंदा है भाभी दी जाना जाना रस्ते विचों चकना हुंदा है नी नाल बिठा के दिल दा दुखड़ा दसना हुंदा है जे मैं गुस्से विच बोला 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 गुस्सा करदी नी भोरा तेरी सौ मंगदी नी भोरा भावें गुस्सा करदी होवे भावें ना करदी
मैं तैनू दिता दस पास तू हुंदा नी जरा तैनू दिता दस पास तू हुंदा नी जरा मैं तैनू दिता दस पास तू हुंदा नी जरा दे बैठ मेरे को दस दे तेन होर की कहती हो वे किन्नी कु हुशियार से दस दे किथे रही हो बैठ मेरे को दस दे तेन होर की कहती हो वे किन्नी कु हुशियार से दस दे किथे रही हो किनिया ओह भैन वे दस किन्ने भाई है वे दस किन्ने भाई है मैं फेसबुक ते बाकी जिहड़े भैणा भरावां दी तुसीं गल ओह तैनू मेरे नालों ज्यादा पता है अगले अंतरे दसदा की लिखे मैं फेसबुक ते सोहनी जी इक फ्रेंड बनाई आ मैं फेसबुक ते साडी नवीं फ्रेंड बनाई आ मैं फेसबुक ते सोहनी जी इक फ्रेंड बनाई आ ਨੀ ਉਸ ਕਵਿੰਦਰ ਮੱਗੀ ਨੂੰ ਜਾਨੋ ਵੱਧ ਚਾਹੁੰਦੀ ਆ ਉਸ ਕਮਰੀ ਦੇ ਬਾਜੋ ਭਾਬੀ ਨੀਂਦ ਨਾ ਉਸ ਕਵਿੰਦਰ ਮੱਗੀ ਨੂੰ ਜਾਨੋ ਵੱਧ ਚਾਹੁੰਦੀ ਆ ਉਸ ਕਮਰੀ ਦੇ ਬਾਜੋ ਭਾਬੀ ਨੀਂਦ ਨਾ ਆਉਂਦੀ ਆ ਉਹ ਭੈਣ ਭਾਬੀ ਏ ਤੇਰੀ ਉਹ ਭੈਣ ਭਾਬੀ ਏ ਤੇਰੀ ਛੋਟੀ ਜੀ ਭੈਣ ਭਾਬੀ ਏ ਤੇਰੀ ਸੋਹਣੀ ਜੀ ਉਹ ਭੈਣ ਭਾਬੀ ਏ ਤੇਰੀ ਕਾਹਤੋਂ ਮੰਗਦੀਆਂ ਚੋਰਾ ਤੂੰ ਕਾਹਤੋਂ ਕਰਦੀਆਂ ਚੋਰਾ मेरी भैन मेनू पता ही नहीं लगे बे तू बड़ा कलेवर निकले मेरे लाडले द्वारा बड़ा कलेवर निकले मेरे लाडले द्वारा अखे भैन मेरी सी मेनू पता ही नहीं लगे जे तैनू पता लग जाए फिर असी बाबे सवा दे फ्रेंड बनाई आ फेसबुक ते सोहनी मैं तैनू दिता दस पास तू हुंदा नहीं फेसबुक ते भाभी नवी फ्रेंड बनाई सो बहुत मेहरबानी बहुत शुक्रिया साढ़े बहुत सत्कारयोग जसबीर सिंह जी यूके उन्होंने छोटे ब्रदर बलजिंदर सिंह जी बहुत सारा माण प्यार सत्कार थैंक यू मेहरबानी जोवरप्रीत सिंह जी कनेडा बलजिंदर सिंह जी दे ਜੋਬਨਪ੍ਰੀਤ ਸਿੰਘ ਬਲਜਿੰਦਰ ਸਿੰਘ ਦੇ ਬੇਟੇ ਓਕੇ ਓਕੇ ਬਹੁਤ ਸਾਰਾ ਆਸ਼ੀਰਵਾਦ ਬਹੁਤ ਸਾਰਾ ਪਿਆਰ ਸਤਿਕਾਰ ਬਹੁਤ ਮਿਹਰਬਾਨੀ ਔਰ ਇੱਕ ਬਾਈ ਜੀ ਹੋਰਾਂ ਦੀ ਫਰਮਾਇਸ਼ ਹੈ ਉਹ ਤੁਹਾਡੀ ਸਾਰਿਆਂ ਦੀ ਫਰਮਾਇਸ਼ ਹੈ ਮੈਨੂੰ ਪਤਾ ਤੁਸੀਂ ਭਾਵੇਂ ਕਹੋ ਨਾ ਕਹੋ ਢਾਬੇ ਤੇ ਲੈ ਜਾ ਯਾਰਾਂ ਨੂੰ ਤਾੜੀ ਲਾ ਲਿਓ ਫਿਰ ਇੱਕ ਗੱਲ ਕੀ ਹੈ ਜੀ ਮੈਂ ਜਿਵੇਂ ਪਹਿਲਾਂ ਦੱਸਿਆ ਸੀ ਸਾਡੇ ਜਿੰਨੇ ਵੀ ਗੀਤ ਨੇ ਘਰੇਲੂ ਸਟੋਰੀਆਂ ਘਰਾਂ ਦੀਆਂ ਕਹਾਣੀਆਂ मैं ये नहीं कहता भी सारे घर च होंदिया गल् पर तकरीबन 70% घर च गल् होंदिया हर घर वाली शराब पीने वाले अपने घर वाले को नफरत करती होंगी है भावें कोई दसे या ना दसे तो पीने वाले ने पीनी होंगी है हटता वह भी नहीं गल की है जी एक मियाँ बीवी की आपस गलबात होंगी है मियाँ बीवी आपस गलबात करते भाई जी गलबात करते रात को तकरीबन 11:30 बजे पांच सत मित्र इकट्ठे होकर सवेर तो शराब पीन लग जाते हैं 10 बजे तो शुरू कर देंगे है सारा दिन बाहर पीते खाते फिरते रहेंगे फन करते फिरते रहेंगे है जो शाम को भुख लगती है तो फिर स्कीम बनाने लग जाते क्या रोटी कितने खाइए बिचों एक तो कहता ऐ करिए बाहर ही खा लिए घर वालों कहूँ तंग करना वो बेचारियां अगे अगर पड़िया होंगे सर का घर का सारा काम कार करके औखियां बहुत वो भी एक आप दुख दें एक मेरे अर्गा सी कहता गल ही कोई नहीं अपने घरे चलते थोड़ी भरजाई तो खवा रोटियां अपने घरे भावें 50 बंदे जाते रहन वो थोड़ा जा कई बंद आती होंगी थोड़ी जी गल ज्यादा कर देंगे घरे थोड़ी सुनवाई घट होंगी की हों सारे अपने दोस्तों घर लै जाता घरे नहीं लैके जाता गेट से खड़ा जाता क्योंकि आपका पता हों अपने घर का अपने आप को पता हों भी साढ़े घरे की है अच्छा अद्धी रात को 12:45 बजे घर वाली जा कहते भागवान ने रोटी ला दे पहले तो जान सर कहना है बड़ी सोहनी लगती है जा सूट कितों लिया
ਉਹ ਐ ਕਰੀ ਨਾਲੇ ਪਰਸੋਂ ਜਵਾਕਾਂ ਨੂੰ ਛੁੱਟੀਆਂ ਹੋ ਜਾਣੀਆਂ ਲਾ ਆਏ ਪੰਜ ਸੱਤ ਦਿਨ ਪੇਕਿਆਂ ਨੂੰ ਉਹਨੇ ਆਖਿਆ ਅੱਜ ਤਾਂ ਬੜਾ ਦਿਆਲ ਹੋਇਆ ਫਿਰਦਾ ਕਿਉਂਕਿ ਪੇਕਿਆਂ ਦਾ ਚਾਅ ਘਰ ਵਾਲੀ ਨੂੰ ਹੁੰਦਾ ਹੀ ਹੈ ਉਹ ਆਦੀ ਅੱਜ ਤਾਂ ਬੜਾ ਦਿਆਲ ਹੋਇਆ ਫਿਰਦਾ ਗੱਲ ਕੀ ਹੈ ਜਦੋਂ ਵਿਚਲੀ ਗੱਲ ਬਾਅਦ ਚ ਦੱਸੀ ਕਹਿੰਦਾ ਐਂ ਕਰ ਮੇਰੇ ਨਾਲ ਪੰਜ ਸੱਤ ਮਿੱਤਰ ਆਏ ਆ ਮੇਰੇ ਤੇ ਸਾਰਿਆਂ ਨੇ ਅਸੀਂ ਰੋਟੀ ਖਾਣੀ ਆ ਸਵੇਰ ਦੇ ਭੁੱਖੇ ਆ ਤੇ ਹੁਣ ਰੋਟੀਆਂ ਬਣਾ ਲਏ ਉਹ ਆਦੀ ਮੈਥੋਂ ਕੋਈ ਨੀ ਇਸ ਵੇਲੇ ਟੁਕੜੇ ਲੈਂਦੇ ਤੇਰੇ ਪਤਾ ਨੀ ਕਿੱਥੋਂ ਆਇਆ ਡੱਫ ਕੇ ਬਹੁਤ ਮਿਹਰਬਾਨੀ ਅੱਛਾ ਕੀ ਸਵਾਲ ਜਵਾਬ ਹੁੰਦੇ ਆ ਫਿਰ ਰਾਤ ਨੂੰ ਪੌਣੇ ਕੁ ਬਾਰਾਂ ਵਜੇ ਇਹ ਤੁਹਾਨੂੰ ਸੁਣਾਉਂਦੇ ਹੁਣ ਗੀਤ ਰਾਹੀਂ ਔਰ ਸੱਤ ਤਰੀਕ ਅੱਛਾ ਅੰਗਰੇਜ਼ੀ ਅੱਛਾ ਅੰਗਰੇਜ਼ੀ ਲਿਖਿਆ ਸ਼ਾਰਟਕੱਟ ਹੀ ਪੰਜਾਬੀ ਲਿਖੀ ਪਈ ਪਤੰਦਰਾ ਸੱਤ ਤਰੀਕ 25 ਜੇਠ ਨੂੰ ਪਿੰਡ ਕੁਹਾੜੇ ਮੇਲਾ ਹੋ ਰਿਹਾ ਜੀ ਜਿੱਥੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਾਕੂ ਇੱਥੇ ਤਾਂ ਕਾਕੂ ਚਮਕਰ ਹੋ ਜਿਹਾ ਲਿਖਿਆ ਪਿਆ ਚਮਕਾਰਾ ਪਤਾ ਨਹੀਂ ਪਾਈ ਕੀ ਹੈ ਜਾਂ ਤਾਂ ਚੰਗੀ ਤਰ੍ਹਾਂ ਬਾਈ ਜੀ ਲਿਖ ਜਾਓ ਸਮਝ ਨਹੀਂ ਆਉਂਦੀ ਜੀ ਹਾਂ ਉੱਥੇ ਵੀ ਤੁਸੀਂ ਜ਼ਰੂਰ ਪਹੁੰਚਣਾ ਜੀ ਕਲਾਕਾਰ ਭਰਾਵਾ ਬਾਹਲੇ ਆ ਹਰ ਘਰੇ ਕਲਾਕਾਰ ਜਿਹੜਾ ਸਟੇਜ 'ਤੇ ਨਹੀਂ ਗਾਉਂਦਾ ਉਹ ਘਰੇ ਘਰੇ ਸੁਣਾ ਦਿੰਦਾ ਘਰਦਿਆਂ ਨੂੰ ਅਗਲਾ ਕਹਿੰਦਾ ਜ਼ਮੀਨ ਜਮੂਨਾ ਸਾਰਾ ਵੇਚ ਬੈਠੀ ਵੇਖੀ ਕਦੇ ਅੱਛਾ ਕੀ ਗੱਲਬਾਤ ਹੁੰਦੀ ਹੈ ਕਹਿੰਦਾ ਇੱਕ ਨਹੀਂ ਦੋ ਤਿੰਨ ਚਾਰ ਆਏ ਆ ਨਹੀਂ ਨਾਲ ਪੁਰਾਣੇ ਯਾਰ ਆਏ ਆ ਮਿੰਟ ਮਾਰ ਤੂੰ ਟਾਈਮ ਲਾਈ ਨਾ ਫੁਰਤੀ ਅੱਜ ਵਿਖਾ ਦੇਣੀ ਤੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਲਾ ਦੇਣੀ ਸਗੋਂ ਕੀ ਜਵਾਬ ਮਿਲਦਾ ਦਰਗਾਰ ਧੱਬਾ ਨਹੀਂ ਦੋ ਤਿੰਨ ਚਾਰ ਆਏ ਆ ਪੁਰਾਣੇ ਯਾਰ ਆਏ ਹਾਂ ਇੱਕ ਨਹੀਂ ਦੋ ਤਿੰਨ ਚਾਰ ਆਏ ਨਾਲ ਪੁਰਾਣੇ ਨਾਲ ਪੁਰਾਣੇ ਮਿੰਟ ਮਾਰ ਤੂੰ ਟਾਈਮ ਲਾਈ ਨਾ ਮਿੰਟ ਮਾਰ ਤੂੰ ਟਾਈਮ ਲਾਈ ਨਾ ਫੁਰਤੀ ਅੱਜ ਵਿਖਾ ਦੇ ਧੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਧੜਕੇ ਦੇ ਭੁੱਖੇ ਫਿਰਦੇ ਆ ਧੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਲਹਾ ਦੇਣੀ ਵੇਖ ਤਾਂ ਟੱਲੀ ਹੋ ਕੇ ਆਇਆ ਡਾਣੀ ਨਾਲ ਲਿਆਇਆ ਉਹ ਇੱਕ ਤਾਂ ਟੱਲੀ ਹੋ ਕੇ ਆਇਆ ਦੂਜਾ ਡਾਣੀ ਨਾਲ ਲਿਆਇਆ ਆ ਵੇਖ ਸਾਹਮਣੇ ਟਾਈਮ ਪੀਸਤੇ ਵੇਖ ਸਾਹਮਣੇ ਟਾਈਮ ਪੀਸਤੇ ਸੜਕੀ ਸੂਈ ਬਾਰਾ ਨੂੰ ਮੈਂ ਕਿੱਥੇ ਟੱਕਰਾ ਮਾਰੂ ਵੇ ਢਾਬੇ ਤੇ ਲੈ ਜਾ ਮੈਂ ਕਿੱਥੇ ਟੱਕਰਾ ਮਾਰੂ ਵੇ ਢਾਬੇ ਤੇ ਲੈ ਜਾ ਮੈਂ ਕਿੱਥੇ ਟੱਕਰਾ ਮਾਰੂ ਵੇ ਵਿਚਾਰਾ ਬਥੇਰੇ ਬਹਾਨੇ ਜੇ ਲਾਉਂਦਾ ਕਹਿੰਦਾ ਮੈਂ ਤਾਂ ਆਖਿਆ ਸੀ ਭਾਗਵਾਨ ਨੇ ਮੰਨੇ ਨੀ ਕਹਿੰਦੇ ਭਾਬੀ ਦੇ ਹੱਥੀ ਰੋਟੀ ਖਾਣੀ ਅੱਜ ਤੂੰ ਸੋਹਣੀ ਬਾਲੀ ਲੱਗਦੀ ਹੈ ਭਰਜਾਈ ਉਹਨਾਂ ਦੀ ਮੈਂ ਢਾਬੇ ਤੇ ਆਖਿਆ ਸੀ ਤੂੰ ਝੂਠ ਰਹਿੰਦਾ ਨਾ ਜਾਣੀ ਮੈਨੂੰ ਕਹਿੰਦੇ ਅੱਜ ਤਾਂ ਰੋਟੀ ਭਾਬੀ ਹੱਥੋਂ ਖਾਣੀ ਮੈਂ ਢਾਬੇ ਤੇ ਆਖਿਆ ਸੀ ਤੂੰ ਝੂਠ ਰਹਿੰਦਾ ਨਾ ਜਾਣੀ ਮੈਨੂੰ ਕਹਿੰਦੇ ਅੱਜ ਤਾਂ ਰੋਟੀ ਭਾਬੀ ਹੱਥੋਂ ਖਾਣੀ ਤੂੰ ਕਿਉਂ ਮੱਥੇ ਵੱਟ ਪਾਉਣੀਆਂ ਕਿਉਂ ਮੱਥੇ ਵੱਟ ਪਾਉਣੀਆਂ ਮੇਰੇ ਨੰਬਰ ਫੁੱਲ ਬਣਾ ਦੇ ਧੜਕੇ ਦੇ ਭੁੱਖੇ ਫਿਰਦੇ ਛੇਤੀ ਕਰ ਰੋਟੀ ਧੜਕੇ ਦੇ ਭੁੱਖੇ ਫਿਰਦੇ ਧੜਕੇ ਦੇ ਭੁੱਖੇ ਫਿਰਦੇ ਆ ਛੇਤੀ ਕਰ ਰੋਟੀ ਲਾ ਦੇਣੀ
तू केड़ा दस लिया मुर्गा जी नू तड़का लावा आ थाली देख फरिज पई आ जा खोल बखावा केड़ा दस लिया मुर्गा जीन बड़का लावा आ खाली वेख फ्रिज पैया जा खोल बखावा घर दा सौदा लेके आना घर दा सौदा लेके आना घर दा सौदा लेके आना भुल जांदा सरकारा तू मैं कित्थे टक्करा मारू बेटा फेते लै जाना मैं कित्थे टक्करा मारू बेटा फेते लै जाना मैं कित्थे टक्करा मारू बेटा फेते लै जाना जवाब ही समझो ਇਹ ਤਾਂ ਤੈਨੂੰ ਹੁਣ ਤੱਕ ਪਿਆਰ ਨਾਲ ਸਮਝਾਇਆ ਗੁੱਸਾ ਨਾ ਚੜਾ ਮੈਨੂੰ ਮੰਨ ਲੈ ਦੇਖ ਲਈ ਤੂੰ ਕਾਲੂ ਨਾਨਕ ਛੱਡ ਜੀਵੀ ਦਾ ਖੜਾ ਇੱਕ ਵਾਰੀ ਜੇ ਚੜ ਜਾ ਪਾਰਾ ਮੇਰਾ ਗੁੱਸਾ ਭੈਣਾ ਦੇਖ ਲਈ ਤੂੰ ਕਾਲੂ ਨਾਨਕ ਛੱਡ ਜੀਵੀ ਦਾ ਖੜਾ ਇੱਕ ਵਾਰੀ ਜੇ ਚੜ ਜਾ ਪਾਰਾ ਮੇਰਾ ਗੁੱਸਾ सुकीदार बना के तू सुकीदार बना के तू रीचा ना तड़का ला देनी हुण तां करे सर जी हुण तां मन जा तड़के दे भुखे फिरते तड़के दे भुखे फिरते तड़के दे भुखे फिरते छेती कर रोटी ला देनी ਦਿਨ ਹੋ ਗਏ ਤਿੰਨ ਦਿਨ ਬਣ ਗਈ ਗੱਲ ਬਾਹ ਫਿਕਰ ਕਰਦੀ ਆ ਮੇਰਾ ਇਹ ਸਿਆਣੀ ਦਾ ਬਹੁਤ ਆਉਂ ਕਈ ਵਾਰੀ ਮਾੜਾ ਮੋਟਾ ਹੋ ਜਾਂਦਾ ਉਹ ਨਹੀਂ ਤਿੰਨ ਦਿਨ ਨਹੀਂ ਹੋਏ ਗਏ ਅਸੀਂ ਅੱਜ ਸਵੇਰ ਦੇ ਹੀ ਭੁੱਖੇ ਹਾਂ ਮੰਨ ਜਾ ਪਰਸੋਂ ਵੀ ਰੋਟੀ ਖਾਧੀ ਸੀ ਕੱਲ੍ਹ ਵੀ ਖਾਧੀ ਸੀ ਇੰਨਾ ਨਹੀਂ ਟਾਇਰ ਸੀ ਮੈਂ ਅੱਜ ਸਵੇਰ ਦੇ ਹੀ ਭੁੱਖੇ ਹਾਂ ਤੂੰ ਮੰਨ ਜਾ ਹੁਣ ਤਾਂ ਪਕਾ ਦੇਂਗੀ ਰੋਟੀਆਂ ਨਾ ਕਹਿੰਦੀ ਤਿੰਨ ਦਿਨ ਹੋ ਗਏ ਮੈਨੂੰ ਪਤਾ ਤੁਸੀਂ ਭੁੱਖੇ ਹਾਂ ਉਹ ਨਹੀਂ ਅੱਜ ਸਵੇਰ ਦੇ ਹੀ ਭੁੱਖੇ ਇੰਨਾ ਫਿਕਰ ਨਾ ਕਰਿਆ ਕਰ ਮਰ ਜਾਣੀ ਹੈ ਲਾ ਦੇ ਰੋਟੀਆਂ ਦੱਸਦੀ ਹੁਣ ਮੈਂ ਕਾਸ ਨੂੰ ਹੋ ਗਏ ਤਿੰਨ ਦਿਨ ਉਹ ਤਿੰਨ ਦਿਨ ਹੋ ਗਏ ਖਤਮ ਸਿਲੰਡਰ ਖੁੱਲ ਜਾਣਗੇ ਪਰਦੇ ਉਹ ਗੱਲ ਸੇ ਮੈਂ ਤਲਵੰਡੀ ਵਾਲਿਆ ਇੱਥੇ ਹੀ ਬੰਦ ਕਰ ਦੇ ਉਹ ਤਿੰਨ ਦਿਨ ਹੋ ਗਏ ਖਤਮ ਸਿਲੰਡਰ ਖੁੱਲ ਜਾਣਗੇ ਪਰਦੇ ਤਲਵੰਡੀ ਵਾਲਿਆ ਇੱਥੇ ਹੀ ਬੰਦ ਕਰ ਦੇ ਉਹ ਕਿਰਪਾ ਕਰਕੇ ਰਾਏਕੋਟ ਨੂੰ ਕਿਰਪਾ ਕਰਕੇ ਰਾਏਕੋਟ ਨੂੰ ਤੁਸੀਂ ਘੁਮਾ ਲਓ ਕਾਰਾ ਮੈਂ ਕਿੱਥੇ ਟੱਕਰਾ ਮਾਰੂ ਮੈਂ ਢਾਬੇ ਤੇ ਲੈ ਜਾਣਾ ਮੈਂ ਕਿੱਥੇ ਟੱਕਰਾ ਮਾਰੂ ਮੈਂ ਢਾਬੇ ਤੇ ਲੈ ਜਾ ਯਾਰ ਭੜਕੇ ਦੇ ਭੁੱਖੇ ਫਿਰਦੇ ਮੈਂ ਕਿੱਥੇ ਟੱਕਰਾ ਮਾਰੂ ਮੈਂ ਢਾਬੇ ਤੇ ਲੈ ਜਾ ਭੜਕੇ ਦੇ ਭੁੱਖੇ ਫਿਰਦੇ ਛੇਤੀ ਕਰ ਮੈਂ ਕਿੱਥੇ ਟੱਕਰਾ ਮਾਰੂ ਮੈਂ ਢਾਬੇ ਤੇ ਲੈ ਜਾ ਭੜਕੇ ਦੇ ਭੁੱਖੇ ਫਿਰਦੇ ਛੇਤੀ ਕਰ ਰੋਟੀ ਲਾ ਦੇਣੀ ਤਾੜੀ ਬਾਰੇ ਕੀ ਖਿਆਲ ਹੈ ਹਾਂ ਤਾੜੀ ਮੇਰਾ ਭਾਈ ਜ਼ਰੂਰ ਲਾਇਆ ਕਰੋ ਕਿਉਂਕਿ ਜਿਹੜੀ ਤੁਹਾਡੀ ਤਾੜੀ ਹੈ ਇਹ ਸਾਡੇ ਲਈ ਆਕਸੀਜਨ ਦਾ ਕੰਮ ਕਰਦੀ ਹੈ ਨਾਲੇ ਤੁਹਾਨੂੰ ਹਵਾ ਹਵਾ ਲੱਗ ਜਾਂਦੀ ਹੈ ਚੱਲ ਨਹੀਂ ਮੰਨਦੀ ਨਾ ਮੰਨੇ ਹੁਣ ਬਾਈ ਜੀ ਹੋਰੀ ਦੇ ਕੇ ਉਹਨੇ ਕੁ ਪੈਸੇ ਢਾਬੇ 'ਤੇ ਸਰ ਜੂਗਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਮਿਹਰਬਾਨੀ ਜੀ ਮਿਹਰਬਾਨੀ ਸ਼ੁਕਰੀਆ ਇੱਕ ਗੁਜ਼ਾਰਿਸ਼ ਹੈ ਵੀਰਾਂ ਨੂੰ ਇੱਕ ਵਾਰੀ ਮੇਲਾ ਪ੍ਰਬੰਧਕ ਕਮੇਟੀ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ
सो बड़ा ही अच्छा अरेंजमेंट और ढेर सारा आशीर्वाद मान सत्कार प्यार शुक्रिया अदा करा उन्होंने मानयोग हस्तियों का मान शख्सियतों का जिन्होंने मान दिता है सरदार बहादुर सरदार हरजीत सिंह जी और डॉक्टर नरेंद्र सिंह जी 500 एकड़ रुपए का बड़ा ही खूबसूरत मान दे गए हैं शुक्रिया अदा करते हैं अपने संगीत परिवार वालों बहुत बहुत मेहरबानी सरदार बहादुर सरदार पंजाब सिंह जी नंबरदार साहब उन्होंने वालों बहुत सारा मान सरदार कुलदीप सिंह जी प्रधान मेला प्रबंधक कमेटी उन्होंने वालों बहुत सारा आशीर्वाद बहुत सारा मान शुक्रिया अदा करते हैं सरदार हरजीत सिंह जी वह भी बहुत सारा मान सत्कार प्यार देके गए हैं और पंजाब लाइव डॉट कॉम साढ़े वीर जिहड़े इस मेले की कवरेज कर रहे हैं मेरे ख्याल लाइव चल रहे हैं भाजी हाँ जी हाँ जी हाँ जी पंजाब लाइव डॉट कॉम मोगा क्या बात है शुक्रिया अदा करते हैं जी सर गया हाँ ये नियामत ये मुरादा मसा ही मिलती हैं भाई ध्यान रख्या करो हाँ मेहरबानी शुक्रिया बहुत बहुत धन्यवाद और साढ़े सत्कारयोग जसबीर सिंह जी यूके बलजिंदर सिंह दे छोटे वीर बहुत सारा मान बहुत सारा प्यार और जोगनप्रीत सिंह जी कैनेडा बलजिंदर सिंह का बेटा तो बहुत सारा मान दे गया जी शुक्रिया अदा करते हैं बहुत बहुत मेहरबानी बहुत बहुत धन्यवाद एक मिनट भी एक मिनट रुक कोई गल नहीं जी कोई गल नहीं बैठ जाओ उसे तरह ही गीत हजे बहुत ने जिनी देर थोड़े वालों प्यार का सत्कार का सबूत मिलना उन्नी देर थोड़ी सेवा करनी है सो कई वीर डिग्रिया थोड़िया जहां है बाद घाट कर ही बैठे है बाई जी होरां ने ढाबे वाला गीत सुनाया बाकी एक गल है वीरे जिहड़ा बंदा खाण पीण का शौकीन हुंदा ना उहनूं मेरा ख्याल है दुनिया से किन्नी भी महंगी तो महंगी चीज खवा लो तां भी बंदा कहिंदा सेवा नहीं कीती ते दारू भावां खासा ही रख दिओ तां भी अगला कहिंदा चिब कढ़ते एक गल होर वखरी है जीजे का साली का रिश्ता इन्ना प्यारा हों साली तो 80 साल की होवे मूँह च दंद ना हो बंदा हुब के कह दिता साली कोले चले है एक दिन की गल है बई जी मेरा मासड़ा थोड़ा जा खाण पीण का ज्यादा शौकीन है शाम जी नूं आ गया जदों आके बैठा बेबे ने चाह पानी पीना आया नाले चाह पी जाए नाले करी जाए भाई हुण साली कोले आए हैं मूँह कौड़ा कराओ ऐं तां नहीं सरना बेबे समझ गई भी यह खाण पीण का शौकीन है यहाँ मत्था डम्मना ही पऊ मैनू कहिंदी पुत तुरे आ मैं क्या बेबे की गल होगी कहिंदी आ चक 1000 रुपया इहदा मत्था डम्म दे इहनू लिया दे जिहड़ा कुछ मंगदा है मैं क्या चल अज तां नज़ारा आ गया यार माड़ी मोटी गुंडी आपां भी ला लांगे कदे ना कदे बीयर शेयर ला लैनी चाहीदी पथरी पथरी नहीं बणदी लो मैं इंग्लिश की बोतल लै ली दो बीयरां लै लिया लिया के मास्टर जी कोल धरतियां मैं क्या मास्टर जी इदां करो तुसीं इंजॉय करो मैं माड़ी मोटी गेड़ी शेड़ी कढ़िया वां जदों बई जी मैं घंटे डेढ़ घंटे बाद मुड़िया बड़ी माड़ी हुई यार मेरे नाल तिने बोतल मेज थले रुड़िया फिर मास्टर वाला तो कुकड़ मोड़िया तो होया फिर मैं यार माड़ी हो गई कुंडी नहीं लगी सवेर नूं उठिया मैं चलो हाल चाल पुछ लीए मैं मास्टर जी रात वधिया लंघी कहिंदा हाँ पुत नज़ारा ही आ गया थोड़ा तो सिस्टम ही बहुत वधिया है मैं सिस्टम किवें वधिया है कहिंदा रात जदों मैं बाथरूम लई उठिया दरवाजा खोलिया कहिंदा लाइट अपने आप ही चल पई साली मेरे दिमाग च गल ना आवे मैं सिस्टम साडा किहो जिहा वधिया कहिंदा जदों मैं दरवाजा बंद किया लाइट अपने आप ही बंद हो गई नाल ही मेरी बेबे बैठी सी कहिंदी कंजरा चौरिया तेरा बह जे बेड़ा कहदा सिस्टम वधिया है सारी रात फ्रिज खोल खोल ही मूती गया पी लैनी चाहिए है पर पीनी थोड़ी जी हिसाब ना चाहिए है ये ना हुण भी घर तक आठे पैंदे तुरे जाण एक बारी खुल के ताड़ी तुसीं आप दे लई मार लो क्योंकि बड़ा जदों एदे सूझवान स्रोते मिलते हैं उत्थे कुछ गल्लां करन नूं गाउण नूं दिल करदा है बहुत बहुत मेहरबानी बहुत बहुत धन्नवाद सामने तशरीफ फरमान वीर जवानियां माणो वीरे जाउंदे वसदे रहो सियाणे कहिंदे आ कि जिहड़े गायक की हिक विच जोर है नहीं ते कल्ले साज वजाउण दा की फायदा ओ जिहड़े गायक की हिक विच जोर है नहीं कल्ले साज वजाउण दा की फायदा जिहड़े रोगी ने नहीं परहेज करना उहदा इलाज कराउण दा की फायदा ओ करजा लै के जिहना ने मोड़ना ही नहीं उहदा व्याज वधाउण दा की फायदा मक्खण बराड़ा जो घरां नूं फूक सुट्टदे ऐसे चिराग जगाउण दा की फायदा ऐसे चिराग जगाउण दा की फायदा इक गल तुहाडे नाल साझी करनी चाहांगा जो भी अज इस स्टेज तों बाई मीत बराड़ जी बोल रहे आ जो गा रहे आ ठीक है जी चलो मेहरबानी शुक्रिया इधर हुक्म लगा है सानू मेला प्रबंधक कमेटी वालों भी साढ़े कोले एक वीर पहुंचे ने एक गीत दे नाल हाजरी लवानी है सो वीर नू बेनती है गीत दे नाल हाजरी प्लीज आ जाओ अंग्रेज काली जी ताड़ी मार दो वीरवास से गीत शुक्रिया शुक्रिया मेहरबानी इस तो बाद अगलिया फरमाइशा जो भी ने तोड़िया वारी वारी दे नाल तोड़ी नजर करांगे सो आओ अंग्रेज सब तो पहला बाबा जी का धन्यवाद जी उस तो बाद मेरे पिंड वालों का या फिर लागे बने तो आए हुए सारे दर्शकों का तह दिलों धन्यवाद वेलकम सो मैं ज़्यादा टाइम ना लेंदा होया दो गल्लां करांगा जिवें कि मेरा हुणे हुणे रिलीज़ होया सोंग धम्मी गिल वीरे ने गाया यूनिवर्सिटी सीगा
उस दा वीडियो सोशल मीडिया ने तुसी देखा चंगा रिस्पोंस रहा वाण वाला मंजा एंड नेक्स्ट सॉन्ग जिहड़ा साडा आ रहा है देके दगा छू गई उस दियां दो के लेना कहांगा सो करदे आ स्टार्ट जी ओ चल पी सी गोली कल गुस्से विच आण के नहीं लैंदे सी ग्रुप विच नाम तेरा जान के ओ चल पी सी गोली कल गुस्से विच आण के नहीं लैंदे सी ग्रुप विच नाम तेरा जान के ओ जेड़ा डब विच दिता मैगनम दा ओदे नाल छाती फूक हो गई ओ जिदे करके यारां दे केस चल दे ओ दे के दगा झूक हो गई जिदे करके यारां दे केस चल दे ओ दे के दगा झूक हो गई जिदे करके यारां दे केस चल दे ओ दे के दगा झूक हो गई ओए ओए छब्बी बारी जी दिली मैं छब्बी बनवाई उन्हें छब्बिया दिन अज साड़ी भंडी करवाई छब्बी बारी जी दिली मैं छब्बी बनवाई उन्हें छब्बिया दिन अज साड़ी भंडी करवाई वो जड़ी साडे हाथों से सी चल दी पराई ओ बंदूक हो गई वो जिसे करके यारां दे केस चल दे ओ दे के दगा छूक हो गई जिसे करके यारां दे केस चल दे ओ दे के दगा छूक हो गई जिसे करके यारां दे केस चल दे ओ दे के दगा छूक हो गई ओए थैंक यू मेहरबानी जी जिदे उत्तों वारे आसी खून दिल दा ओही लैगी लुट के सपून दिल दा जिदे उत्तों वारे आसी खून दिल दा ओही लैगी लुट के सपून दिल दा जिदे लुट के सपून दिल दा ओही लैगी लुट के सपून दिल दा जिदे बोल सीगे लेडी गागा वर गे ओ खतरे दी फूक हो गई जिद करके यारां दे केस चल दे ओ दे के दगा झूक हो गई जिद करके यारां दे केस चल दे ओ दे के दगा झूक हो गई जिद करके यारां दे केस चल दे ओ दे के दगा झूक हो गई ओए बोल बोल मेहरबानी जी प्रबंधन कमेटी धन्यवाद जी मेहरबानी धन्यवाद मेरा वीर जगदीप सिंह मेरा क्लासमेट थैंक यू जी मेहरबानी जी मेहरबानी जी मेहरबानी धन्यवाद बहुत धन्यवाद वीरे जूंदा रहना बापू औखे वेले कम आ गया नी तेरे पिछे काली बड़े डाडे धोखे खा गया जूंदा रहे बापू औखे वेले कम आ गया नी तेरे पिछे काली बड़े डाडे धोखे खा गया नू नू मनिए के ओदी सोनी आऊगी कि होया पाए फूक हो गई जिद करके यारां ते केस चल दे ओ दे के दगा झूक हो गई जिद करके यारां ते केस चल दे ओ दे के दगा झूक हो गई जिद करके यारां ते केस चल दे ओ दे के दगा झूक हो गई जिद करके यारां ते केस चल दे ओ दे के दगा झूक हो गई इजाजत होवे तां दो गल्लां होर सिर्फ अनाउंस ही करना कि कुड़ी सतबीर सिंह भी कर रही है सॉन्ग वॉइस ऑफ पंजाब बस सो सारयां नूं हाथ जोड़ के बेनती आ जी थैंक यू मेहरबानी जी वॉइस ऑफ पंजाब कुड़ी सतबीर कौर सिंपी बहुत जल्दी मेरा लिखा सॉन्ग लैके ताडे रूबरू हो रही है उस दियां चार कलैणा ताडे रूबरू करन जा रहा हो सकता तुहानूं चंगा लगेगा और पिछे वाले भाई रोक के मड़ा जा ओ लंडी बुची शुरू कर दिया पैर दबनी पर तेरे बिना जट्टी किसे ना नहीं फबनी ओ लंडी बुची शुरू कर दिया पैर दबनी पर तेरे बिना जट्टी किसे ना नहीं फबनी ओ पिछे लगी पूंड आशकां दी डार वे सांभ कर ले तू कच दे समान दी पिछे
लगी पूंडे आशकां दी डार वे साफ कर ले तू कच दे समान दी ओ जट्टा बन जा तू गट्टा कानपुरिया जट्टी बन गई अफीम अफगान दी ओ जट्टा बन जा तू गट्टा कानपुरिया जट्टी बन गई अफीम अफगान दी जट्टा बन जा तू गट्टा कानपुरिया जट्टी बन गई अफीम अफगान दी हीरिया दिखा तेरे उत्ते डुलिया वे लोड़े मारता है जट्टी दा स्वैग वे जट्टी बनगी क्वीन फेसबुक दी फोटो जना गना कर दिंदा टैग वे जट्टी बनगी क्वीन फेसबुक दी फोटो जना गना कर दिंदा तंग वे बेड़ा बाबले दा तंग तंग लगदा सांभ कर तू पंज फुटी कर पान दी जट्टा बन जा तू गट्टा कानपुरिया जट्टी बन गई अभी मैं अफगान दी जट्टा बन जा तू गट्टा कानपुरिया जट्टी बन गई अभी मैं अफगान दी मेहरबानी थैंक यू धन्यवाद जी सिख गई है मेमा वाले चोज करने फैशन वाले रोज रोज करने सिख गई है मेमा वाले चोज करने फैशन वाले रोज रोज करने तेरा हर कोई स्टाइल बड़े शान वाला है बीबा साडा तां जे भी मंजावान वाला है बीबा साडा तां जे भी मंजावान वाला है बीबा साडा तां जे भी मंजावान वाला है तेनू जसका है नित घूमने का लेख ते नी साडा रोही विच पैर मैसी दी ब्रेक ते तेनू जसका है नित घूमने का लेख ते नी साडा रोही विच पैर मैसी दी ब्रेक ते काली बनी एक वाले घूम नुकसान वाला है बीबा साडा तां अजे भी मंजावान 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 वाला है हो थैंक यू मेहरबानी जी धन्यवाद सारयां दा एक बारी ताड़ियां मार दियो जोर दा और एक ताड़ी जोरदार समुची प्रबंधक कमेटी देना जोरदार ताड़ी मार दो जेडे हर साल इना अच्छा रेंज इना अच्छा प्रबंध करके सारिया संगता नु नवाजदे ने सो शुक्रगुजार जी समुची प्रबंधक कमेटी दा और समूह नगर और पिंड दे सरपंच साहब सरदार बहादुर सरदार बलजिंदर सिंह जी आरती साहब उन्होंने नाल जिनी भी टीम है सारा दा शुक्रगुजार हां जिन्हां इनिया खूबसूरत इनिया अच्छी अच्छी आवाजा हर साल थोड़े वास्ते अरेंज करते हैं और कोशिश होंगी है कि हमेशा वधिया पंजाबी लोक गायक आवे जिहड़ा कि असी पूरे परिवार दे विच बैठ के सुन सकीए और जिथे इन्ना वधिया रेंज है उत्थे कबड्डी का भी शो मैच हर साल की तरह होने जा रहा है और इस कबड्डी नू बिल्कुल पंजाब लाइव डॉट कॉम चैनल वाले साडे विच ने वो बिल्कुल तुसी पंजाब लाइव डॉट कॉम से इंटरनेट तो जो दिल चाहे इस कबड्डी के शो मैच में देख सकते हो शुक्रगुजार हाँ जी मोगा तो पूरी टीम आई है लाइव बिल्कुल लाइव देख सकते हो और एक बार फिर तुडिया उम्मीदा ते खरे उतर वास्ते वही खूबसूरत आवाज के मालक वर्ल्ड फेमस आवाज हमवर नौजवान कलाकार मां दी लोरी वर्गा मिठा जनाम जनाब मीत विराट बीबा हरमन मीत थैंक यू सो बहुत मेहरबानी बहुत शुक्रिया आ वीर के नाते भी ताड़ी ला दो हाँ क्योंकि गल यह होंगी है भी जमता कोई भी नहीं स्टार हों भरावा धक्के धुके खा के ही बस बंदा हौली हौली अगे आ जाता है पर असले उसले गीतों का थोड़ा जा परेज करना चाहिए सो बहुत मेहरबानी दुकाना पेश कर लगे हैं
एक वक्री जी गल है, डिफरेंट आइडिया। मोस्टली जिन्हें भी दुकाने होंगे है घर वाली की घर वाले गल, ज्योर भरजाई की गल, जेठ भरजाई की गल, मुंडे कुड़ी की गल, एक वक्री जी गल है। एक 65-70 साल का बजुर्ग तो एक 15-16 साल की नौजवान और मॉडर्न कुड़ी आपस में गलबात करते हैं। गलबात की करते हैं, बापू कहिंदा भी मैं मानता जरूर तैनू बुरी लगूगी पर गल खरी है। कुड़ी कहिंदी भी बापू जी गल है टाइम टाइम की, गल टाइम दे मेले ने, गल टाइम टाइम की होंदी है। कहिंदी बिना पौड़ी कंधा उत्ते चढ़दा हुंदा सी बाबा तू भी तां कदे। सो की लिखिया सारे समुची नगर पंचायत, समुची मेला प्रबंधक कमेटी, सत्कारयोग सरपंच साहब सरदार बलजिंदर सिंह जी, बहरेवीर नरेंद्र सिंह जी, सारे के धन्यवादी हैं। बहुत सारा मान प्यार सत्कार, थैंक यू तुहाडा बहुत प्यार, जिहड़े इन्नी गर्मी च बैठ के सुन रहे हो, बहुत बहुत धन्यवाद। और साढ़े तो बाद पंजाब की प्रसिद्ध आवाज प्यारा वीरा हरजोत, उन्होंने भी तुहाडा मनोरंजन करना। तुसीं शाम तक इस तरह प्रोग्राम का आनंद मानना और उस तो बाद कबड्डी और साढ़े पंजाब लाइव, पंजाब लाइव वन, इन्हां दे जरिए जिहड़े वीर साढ़े देशां विदेशां च बैठ के वेख रहे हैं लाइव इस प्रोग्राम नूं, उन्हां नूं भी प्यार भरी सत श्री अकाल जी। सारयां दा बहुत बहुत धन्यवाद, थैंक यू। हाँ जी बाबा सुनाने, उस तो बाद फिर 16 किले सुनाने तुहानू, 16 किलियां दा वेख्या पहला टक तेरे बापू ने। हाँ बाबा आ जावे, 1 2 3 ਸਹੇਲੀਆਂ ਨੂੰ ਪਿੱਟਦਾ ਸੀ ਤੂੰ ਤਾਂ ਸਿਰ ਵੀ ਮਨਾ ਲਿਆ, ਗੋਰਿਆਂ ਦਾ ਕੁੜੀਏ ਤੂੰ ਕਿੱਥੋਂ ਜੂਠਾ ਖਾ ਲਿਆ। ਸਹੇਲੀਆਂ ਨੂੰ ਪਿੱਟਦਾ ਸੀ ਸਿਰ ਵੀ ਮਨਾ ਲਿਆ, ਗੋਰਿਆਂ ਦਾ ਕੁੜੀਏ ਤੂੰ ਕਿੱਥੋਂ ਜੂਠਾ ਖਾ ਲਿਆ। ਗਿੱਟਿਆਂ ਨੂੰ ਚੁੰਮ ਦਿੱਥਿਆ ਵੇ ਗੁੱਤਨਾ ਕਿੱਥੇ ਗਈ, ਨਹੀਂ ਗਿੱਟਿਆਂ ਨੂੰ ਚੁੰਮ ਦਿੱਥਿਆ ਵੇ ਗੁੱਤਨਾ ਨੀ ਸਿਰ ਟੋਪੀ ਤਰੀਆ। मैं मानता जरूर तेन प्री लगूगी पर गल खरी, मानता जरूर तेन प्री लगूगी पर गल खरी, मानता जरूर तेन प्री लगूगी पर गल खरी। मुंडे कुड़िया नू माड़ा अज कहण वालिया, हर मेलिया च मूहरे जाके बैण वालिया। हां मुंडे कुड़िया नू माड़ा अज कहण वालिया, हर मेलिया च मूहरे जाके बैण वालिया। धुप्पे बेबे दे इशारिया ते रड़दा हुंदा सी बाबा तू भी तां कदे, ਉਹ ਬਿਨਾ ਪੌੜੀ ਕੰਧਾਂ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤੱਕਦੇ, ਬਿਨਾ ਪੌੜੀ ਕੰਧਾਂ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤੱਕਦੇ, ਬਿਨਾ ਪੌੜੀ ਕੰਧਾਂ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤੱਕਦੇ। ਰੀਤਾਂ ਤੇ ਰਿਵਾਜਾਂ ਬਾਰੇ ਤੈਨੂੰ ਕੋਈ ਸਾਰ ਨਾ, ਕੋਠੇ ਚੜ ਸਿੱਖਿਆ ਵਾਲਾ ਚ ਹੱਥ ਮਾਰਨਾ, ਤੈਨੂੰ ਤੱਕ ਹਰ ਇੱਕ ਮੂੰਹੋਂ ਨਿਕਲੇ ਨੀ, ਤੈਨੂੰ ਤੱਕ ਹਰ ਇੱਕ ਮੂੰਹੋਂ ਨਿਕਲੇ ਨੀ ਹੁਸਨਾ ਦੀ ਪਰੀਆ। ਮੈਂ ਮੰਨਦਾ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ, ਮੰਨਦਾ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ, ਮੰਨਦਾ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ। Hey!
ਬੇਨਿੰਦਗਾ ਨਾ ਥੱਕੇ ਸਾਡੇ ਵਾਲਾਂ ਦੇ ਸਟਾਈਲ ਨੂੰ ਬੁਰਾ ਭਲਾ ਬੋਲੇ ਤੱਕ ਹੱਥ ਜੋ ਮੋਬਾਈਲ ਨੂੰ ਤੂੰ ਨਿੰਦਦਾ ਨਾ ਥੱਕੇ ਸਾਡੇ ਵਾਲਾਂ ਦੇ ਸਟਾਈਲ ਨੂੰ ਬੁਰਾ ਭਲਾ ਬੋਲੇ ਤੱਕ ਹੱਥ ਚ ਮੋਬਾਈਲ ਨੂੰ ਕਹਿੰਦੇ ਸ਼ਾਮੋਂ ਦੀ ਭੱਠੀ ਦੇ ਉੱਤੇ ਖੜਦਾ ਹੁੰਦਾ ਸੀ ਬਾਬਾ ਹੁਣ ਦੱਸ ਮੁੱਕਰ ਗਿਆ ਤੂੰ ਵੀ ਤਾਂ ਕਦੇ ਉਹ ਵੀ ਨਾ ਬੋੜੀ ਗੰਦਾ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਬਿਨਾ ਬੋੜੀ ਗੰਦਾ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਬਿਨਾ ਬੋੜੀ ਗੰਦਾ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਨੀ ਤੂੰ ਹਰ ਵੇਲੇ ਹਾਰ ਤੇ ਸ਼ਿੰਗਾਰ ਲਾ ਕੇ ਰੱਖਣਾ ਜੇ ਬੇਬੇ ਆਖੇ ਭਾਂਡਾ ਨਾ ਰਸੋਈ ਵਿੱਚ ਚੱਕਿਆ ਕਦੇ ਨੀ ਤੂੰ ਹਰ ਵੇਲੇ ਹਾਰ ਤੇ ਸ਼ਿੰਗਾਰ ਲਾ ਕੇ ਰੱਖਣਾ ਜੇ ਮਾਂ ਆਖੇ ਭਾਂਡਾ ਨਾ ਰਸੋਈ ਵਿੱਚ ਚੱਕਣਾ ਪੁੱਛਿਆ ਕਦੇ ਤੂੰ ਕੋਲ ਬਹਿ ਕੇ ਬਾਪੂ ਨੂੰ ਨੀ ਫੀਸ ਕਿਵੇਂ ਭਰੀ ਮੈਂ ਮੰਗਦਾ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ ਮੰਗਦਾ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ ਮੰਗਦਾ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ ਆਪਣੇ ਸਮੇਂ ਦੇ ਪਲ ਰਹਿੰਦੇ ਪੱਪੀ ਆਦਨਾ ਲੱਭ ਕੇ ਵਿਖਾ ਦੇ ਕੋਈ ਕੰਮੇ ਆਣੇ ਸਾਧਨਾ ਵੇ ਆਪਣੇ ਸਮੇਂ ਦੇ ਪਲ ਰਹਿੰਦੇ ਪੱਪੀ ਆਦਨਾ ਲੱਭ ਕੇ ਵਿਖਾ ਦੇ ਕੋਈ ਕੰਮੇ ਆਣੇ ਸਾਧਨਾ ਜਦੋਂ ਮੀਤ ਬਰਾੜ ਨਾਲ ਪੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਉਹ ਵੀ ਨਾ ਬੋੜੀ ਗੰਦਾ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਮੇਰਾ ਬੋੜੀ ਗੰਦਾ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਮੈਂ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ ਮੇਰਾ ਬੋੜੀ ਗੰਦਾ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਮੈਂ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ ਮੇਰਾ ਬੋੜੀ ਗੰਦਾ ਉੱਤੇ ਚੜਦਾ ਹੁੰਦਾ ਸੀ ਬਾਬਾ ਤੂੰ ਵੀ ਤਾਂ ਕਦੇ ਮੈਂ ਜ਼ਰੂਰ ਤੈਨੂੰ ਬੁਰੀ ਲੱਗੂਗੀ ਨੀ ਪਰ ਗੱਲ ਖਰੀਆ ਅਗਲਾ ਦੁਕਾਨਾ ਕੀ ਹੈ ਵਿਆਹ ਤੋਂ ਬਾਅਦ ਆਮ ਘਰਾਂ ਦੇ ਵਿੱਚ ਹੀ ਹੁੰਦਾ ਇਹ ਥੋੜਾ ਜਿਹਾ ਗਲਤ ਫਹਿਮੀਆਂ ਹੁੰਦੀਆਂ ਕਈ ਵਾਰੀ ਘਰ ਵਾਲੀ ਨੂੰ ਹੋ ਜਾਂਦੀ ਕਈ ਵਾਰੀ ਘਰ ਵਾਲੇ ਨੂੰ ਹੋ ਜਾਂਦੀ ਹੈ ਥੋੜੀ ਜਿਹੀ ਨੋਕ ਝੋਕ ਹੁੰਦੀ ਰਹਿੰਦੀ ਹੈ ਜਿੱਥੇ ਦੋ ਭਾਂਡੇ ਆ ਉਹ ਖੜਕਦੇ ਰਹਿੰਦੇ ਆ ਕੀ ਹੁੰਦਾ ਉਹ ਵਿਚਾਰੀ ਸ਼ਹਿਰ ਦੇ ਵਿੱਚੋਂ ਪਿੰਡ 'ਚ ਵਿਆਹੀ ਜਾਂਦੀ ਹੈ ਉੱਥੇ ਸਾਰਾ ਕੰਮ ਕਾਰ ਕਰਨਾ ਪੈਂਦਾ ਉਹਨੂੰ ਕਰਨਾ ਨਹੀਂ ਆਉਂਦਾ ਹੁੰਦਾ ਇੱਕ ਦਿਨ ਅੱਕ ਕੇ ਘਰ ਵਾਲਾ ਕਹਿੰਦਾ ਵੀ ਕਦੇ ਦਾਲ ਵਿੱਚ ਲੂਣ ਵੱਧ ਪਾ ਦਿੰਦੀ ਆ ਕਦੇ ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀ ਹੈ ਦੱਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਮਾਂ ਨੇ ਕਹਿੰਦੀ ਰੱਖੀ ਲਾਡਲੀ ਮੈਂ ਸੁੱਤੀ ਨਹੀਂ ਜਗਾਇਆ ਮੇਰੀ ਮਾਂ ਨੇ ਉਹ ਕਹਿੰਦਾ ਵੀ ਲਾਡਲੀ ਲੂਣੀ ਲਿਆ ਪਾਈ ਕੰਮ ਇੱਥੇ ਨਹੀਂ ਚੱਲਣਾ ਗਾ ਕੀ ਹੋਇਆ ਜਦੋਂ ਵੇਖਣ ਆਏ ਇਹਦਾ ਡੈਡੀ ਵੇਖੋ ਇਹਦਾ ਅਸੀਂ ਥੋੜੇ ਦਿਨ ਪਹਿਲਾਂ ਵੀਡੀਓ ਰਿਲੀਜ਼ ਕੀਤਾ ਯੂਟਿਊਬ ਤੇ ਐਡਾ ਕੁ ਡੈਡੀ ਇਹਦਾ ਵੱਟਾਂ ਤੇ ਡਿੱਗਦਾ ਫਿਰੇ ਜਦੋਂ ਖੇਤ ਸਾਡਾ ਬਾਪੂ ਦਾ ਮੇਰੇ ਨਾਲ ਵੀ ਉੱਚਾ ਕਰਦਾ ਐਡੀਆਂ ਐਡੀਆਂ ਉਂਗਲਾਂ ਸਾਡੇ ਬਜ਼ੁਰਗ ਨੂੰ ਕਹਿੰਦੇ ਅੱਛਾ ਰੇ ਕਿੱਲੇ ਆਪਣੇ ਕਹਿੰਦਾ ਮੈਨੂੰ ਪਹਿਲਾਂ ਜ਼ਮੀਨ ਵਿਖਾ ਲਿਆ ਮੁੰਡਾ ਤਾਂ ਕਹਿੰਦਾ ਬਾਅਦ 'ਚ ਵੇਖ ਲਾਂਗੇ ਜੇ ਤਾਂ ਮਰਜ਼ੀ ਹੋਇਆ ਕੋਈ ਗੱਲ ਨਹੀਂ ਜ਼ਮੀਨ ਜ਼ਰੂਰੀ ਹੈ ਅੱਛਾ ਅੱਗੇ ਅੱਛਾ ਕਿੱਲੇ ਆਪਣੇ ਸਾਡਾ ਬਜ਼ੁਰਗ ਕਹਿੰਦਾ ਸਾਡੇ ਹੀ ਆ ਆਪਣੇ ਹੀ ਆ ਤਾਂ ਹੀ ਤੈਨੂੰ ਲਈ ਫਿਰਦਾ ਹੋਰ ਕਿਸੇ ਦੇ ਵਾਹਣ ਚੱਲ ਜਾ ਕੁੱਟ ਖਾਣੀ ਹੈ ਕੀ ਹੋਇਆ ਕਹਿੰਦਾ ਦਾਲ ਵਿੱਚ ਲੂਣ ਵੱਧ ਪਾ ਦਿੰਦੀਆਂ ਨੀ ਕਦੇ ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀ ਹੈ ਦੱਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਮਾਂ ਨੇ ਕਹਿੰਦੀ ਰੱਖੀ ਲਾਡਲੀ ਮੈਂ ਸੁੱਤੀ ਨਹੀਂ ਜਗਾਇਆ ਮੇਰੀ ਮਾਂ ਨੇ ਜ਼ਿਮੀਂਦਾਰ ਪਰਿਵਾਰਾਂ ਦੇ ਜਦੋਂ ਵੀ ਰਿਸ਼ਤੇ ਦੀ ਗੱਲ ਚੱਲਦੀ ਹੈ ਜ਼ਮੀਨ ਵਾਲੇ ਪਰਿਵਾਰਾਂ ਦੇ ਜਦੋਂ ਵੀ ਰਿਸ਼ਤੇ ਦੀ ਗੱਲ ਹੁੰਦੀ ਹੈ ਬਾਈ ਜੀ ਸੌਦਾ ਸ਼ੁਰੂ ਹੁੰਦਾ ਕਿੱਲਿਆਂ ਤੋਂ
ਕਿੱਲਿਆਂ ਦੇ ਹਿਸਾਬ ਨਾਲ ਵਿਆਹ ਤੇ ਖਰਚਾ ਹੋਣਾ, ਕਿੱਲਿਆਂ ਦੇ ਹਿਸਾਬ ਨਾਲ ਗੱਡੀ ਆਉਣੀ ਹੈ, ਕਿੱਲਿਆਂ ਦੇ ਹਿਸਾਬ ਨਾਲ ਪੈਲਸ ਬੁੱਕ ਹੋਣਾ। ਸਗੋਂ ਕੀ ਜਵਾਬ ਮਿਲਦਾ? ਕਹਿੰਦਾ 16 ਕਿੱਲਿਆਂ ਦਾ ਵੇਖਾ ਪਹਿਲਾਂ, ਟੱਕ ਤੇਰੇ ਬਾਪੂ ਨੇ 16 ਕਿੱਲੇ। ਸਾਡੂ ਆ ਟਿਕਲਾ ਉਹ ਬਸ 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 ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲਾ, ਮੁੜ ਕੇ ਦਿਹਾੜੀਆਂ ਲਾਉਂਦਾ ਫਿਰ ਮੇਰਾ ਤਾਂ ਕੁਛ ਨਹੀਂ ਜਾਣਾ। ਇਹ ਹੁੰਦਾ ਤਾਂ ਪਿਆਰ ਹੀ ਹੈ ਸਾਡੇ ਪੰਜਾਬੀਆਂ ਦੇ ਪਿਆਰ ਦਾ ਵੀ ਥੋੜ੍ਹਾ ਜਿਹਾ ਕਈ ਵਾਰੀ ਵੱਖਰਾ ਹੀ ਆ, ਜਦੋਂ ਘੁੱਟ ਕੇ ਜਾਦੇ ਜੱਫੀ ਬੰਨ ਕਈ ਵਾਰੀ ਅਗਲੇ ਦੀ ਪਾਗੀ ਲਾ ਦਿੰਦੇ, ਕਰਦੇ ਪਿਆਰ ਹੀ ਹੁੰਦੇ ਪਰ ਥੋੜ੍ਹਾ ਢੰਗ ਹੀ ਹੋਈ ਅਜੀਬ ਅਗਰੀਬ। ਹਾਂ ਕੀ ਲਿਖਿਆ? ਦਾਲ ਵਿੱਚ ਲੂਣ ਵੱਧ ਪਾ ਦਿੰਦੀਆਂ ਨੀ ਕਦੇ, ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀਆਂ। ਦਾਲ ਵਿੱਚ ਲੂਣ ਵੱਧ ਪਾ ਦਿੰਦੀਆਂ ਨੀ ਕਦੇ, ਤਵੇ ਉੱਤੇ ਰੋਟੀ ਤੂੰ ਮਚਾ ਦਿੰਦੀਆਂ। ਦੱਸ ਤੈਨੂੰ ਹੋਰ ਕੀ ਸਿਖਾਇਆ ਤੇਰੀ ਮਾਂ ਨੇ, ਦੱਸਦੀਆਂ ਕੀ ਸਿਖਾਇਆ ਫਿਰ? ਰੱਖੀ ਲਾਡਲੀ ਮੈਂ ਸੁੱਤੀ ਨੀ ਜਗਾਇਆ ਤੇਰੀ ਮਾਂ ਨੇ, ਲਾਡਲੀ ਮੈਂ ਸੁੱਤੀ ਨੀ ਜਗਾਇਆ ਤੇਰੀ ਮਾਂ ਨੇ, ਲਾਡਲੀ ਮੈਂ ਸੁੱਤੀ ਨੀ ਜਗਾਇਆ ਤੇਰੀ ਮਾਂ ਨੇ। ਨਿੱਕੀ ਨਿੱਕੀ ਗੱਲੋ ਐਵੇਂ ਤਾੜਦਾ ਰਹੇ, ਨੌਕਰ ਨੀ ਤੇਰੀ ਰੋਬ ਮਾਰਦਾ ਰਹੇ। ਨਿੱਕੀ ਨਿੱਕੀ ਗੱਲੋ ਐਵੇਂ ਤਾੜਦਾ ਰਹੇ, ਨੌਕਰ ਨੀ ਤੇਰੀ ਰੋਬ ਮਾਰਦਾ ਰਹੇ। ਦਿੱਤਾ ਭਰ ਕੇ ਵੇ ਦਾਜ ਦਾ, ਦਿੱਤਾ ਭਰ ਕੇ ਵੇ ਦਾਜ ਦਾ ਟਰੱਕ ਮੇਰੇ ਬਾਪੂ ਨੇ, ਵੇਖਿਆ ਪਹਿਲਾਂ ਟੱਕ ਤੇਰੇ ਬਾਪੂ ਨੇ, ਸੋਲਾਂ ਕਿੱਲਿਆਂ ਦਾ ਵੇਖਿਆ ਟੱਕ ਤੇਰੇ ਬਾਪੂ ਨੇ, ਸੋਲਾਂ ਕਿੱਲਿਆਂ ਦਾ ਵੇਖਿਆ ਟੱਕ ਤੇਰੇ ਬਾਪੂ ਨੇ। ਚੌਂਕਾ ਸੱਚਦੀ ਜੇ ਸਾਹਬ ਨਹੀਂ ਤੂੰ ਨੀ, ਦੇਖਣਾ ਕੀ ਬਿੱਲੋ ਫਿਰ ਦੱਸ ਤੇਰਾ ਮੂਰੀ। ਚੁੱਲਾ ਚੌਂਕਾ ਸੱਚਦੀ ਜੇ ਸਾਹਬ ਨਹੀਂ ਤੂੰ ਨੀ, ਦੇਖਣਾ ਕੀ ਬਿੱਲੋ ਫਿਰ ਦੱਸ ਤੇਰਾ ਮੂਰੀ। ਝਾੜੂ ਪੋਚੇ ਵੀ ਨੀ, ਝਾੜੂ ਪੋਚੇ ਵੀ ਨੀ ਹੋਣਾ ਲਾਇਆ ਤੇਰੀ ਮਾਂ ਨੇ, ਉਹ ਵੀ ਮੈਂ ਕਦੇ ਵੀ ਨੀ। ਫਿਰ ਰੱਖੀ ਲਾਡਲੀ ਮੈਂ ਸੁੱਤੀ ਨੀ ਜਗਾਇਆ ਤੇਰੀ ਮਾਂ ਨੇ, ਲਾਡਲੀ ਨੂੰ ਸੁੱਤੀ ਨੀ ਜਗਾਇਆ ਤੇਰੀ ਮਾਂ ਨੇ, ਲਾਡਲੀ ਨੂੰ ਸੁੱਤੀ ਨੀ ਜਗਾਇਆ ਤੇਰੀ ਮਾਂ ਨੇ। ਕਰਾਉਣੀ ਕਰ ਦਿਆ ਕਿਸੇ ਨੌਕਰੀ ਤਾਂ ਲੱਗੇ ਨਾ ਸੀ ਵਿਆਹਣੀ ਕਰ ਦਿਆ।
ਜੇ ਬੀ ਏ ਮੈਂ ਮੈਨੂੰ ਸੀ ਕਰੋਣੀ ਕਰ ਜਾ ਕਿਤੇ ਨੌਕਰੀ ਤੇ ਲੱਗੇ ਨਾ ਸੀ ਰੋਣੀ ਕਰ ਜਾ ਫਿਰ ਖੇਤੀ ਵਾਲਾ ਲੱਭਦਾ ਕਿਉਂ ਜਾ ਖੇਤੀ ਵਾਲਾ ਕੋ ਜ਼ਿਆਦਾ ਨਾ ਫਰਤਾ ਉਹ ਟਿੱਕੀ ਰਹਿ ਤੂੰ ਇਹ ਸਾਰਾ ਕਾਰੋਬਾਰ ਖੇਤੀ ਨਾਲ ਹੀ ਚੱਲਦਾ ਜੇ ਜੱਟਾਂ ਦੀ ਫਸਲ ਫੁਸਲ ਚੰਗੀ ਹੋ ਜਾਵੇ ਫੇਰ ਹੀ ਮੇਲੇ ਚੰਗੇ ਹੁੰਦੇ ਆ ਇਹਦਾ ਪਿੱਛੇ ਦੇ 11-21 ਨੇ ਮਾਰਦੇ ਹੂੰ ਕਿੱਥੇ ਮਰਦੇ ਸੀ ਜੱਟ ਮੰਗ ਜਾ ਟਿਕ ਜਾ ਖੇਤੀ ਵਾਲਾ ਲੱਭਦਾ ਕਿ ਜੱਟ ਮੇਰੇ ਬਾਪੂ ਦੇ ਮੁਸ਼ਕ ਜਦੋਂ ਅੱਛਾ ਕੀ ਹੋਇਆ ਸਾਡੀ ਮਾਤਾ ਕਹਿੰਦੀ ਵੀ ਗੋਹਾ ਵੀ ਸਿੱਟਣਾ ਪਊਗਾ ਸਾਰਾ ਕੁਛ ਕਰਨਾ ਪਊਗਾ ਭਾਈ ਇੱਥੇ ਤਾਂ ਕਿਉਂਕਿ 16 ਕਿੱਲੇ ਸੁੱਖ ਨਾਲ ਬਹੁਤ ਹੁੰਦੇ ਆ ਮਾੜੀ ਮੋਟੀ ਗੱਲ ਨੀ ਕੋਈ ਹਾਂ ਅੱਛਾ ਜਾਂਦੀ ਰਹੀ ਗੋਹਾ ਸਿੱਟਣ ਗੋਹੇ ਦਾ ਬੱਠਲ ਚੱਕਿਆ ਸਿਰ ਤੇ ਪਿੱਛੇ ਪਿੱਛੇ ਮੈਂ ਤੁਰਿਆ ਗਿਆ ਮੈਂ ਕਿਹਾ ਵੇਹਣੇ ਅੱਜ ਕੀ ਕਰਦੀ ਹੈ ਜਦੋਂ ਮੈਂ ਓਹਲੇ ਜੇ ਖੜ ਕੇ ਵੇਖਿਆ ਤੇ ਗੋਹੇ ਤੇ ਪਰਫਿਊਮ ਪਾਈ ਜਾਵੇ ਸੈਂਟ ਪਾਈ ਜਾਵੇ ਕਹਿੰਦੀ ਮੈਨੂੰ ਤਾਂ ਮੁਸ਼ਕ ਆਉਂਦਾ ਜੋ ਮੈਂ ਨੀ ਪਾਥੀਆਂ ਪੁੱਥੀਆਂ ਪੱਤ ਸਕਦਾ ਤੇ ਮੈਂ ਕਿਹਾ ਗੋਹੇ ਚੋਂ ਮੁਸ਼ਕ ਹੀ ਆਉਂਦਾ ਹੁੰਦਾ ਹੋਰ ਕੀ ਆਉਂਦਾ ਕੀ ਹੋਇਆ ਬਾਈ ਜੀ ਗੱਲ ਉਹ ਹੋਈ ਜਿਵੇਂ ਕਿਸੇ ਦਾ ਭੇਡਾਂ ਦਾ ਵਾੜਾ ਸੀ ਤੇ ਉਹਦਾ ਮੁੰਡੇ ਦਾ ਵਿਆਹ ਨੀ ਹੁੰਦਾ ਸੀ ਸੁੱਖ ਨਾਲ ਕੰਮ ਹੀ ਉਹੋ ਜਿਹਾ ਸੀ ਵਿਆਹ ਹੋਣਾ ਵੀ ਤੁਹਾਨੂੰ ਪਤਾ ਔਖਾ ਥੋੜ੍ਹਾ ਜਿਹਾ ਬਹੁਤ ਕੁਛ ਮਿਲਦਾ ਗਿਆ ਚਲੋ ਕਹਿ ਕਹੂ ਕੇ ਕਹਿੰਦੇ ਵੀ ਮੁੰਡਾ ਬਹੁਤ ਮਿਹਨਤੀ ਹੈ ਬਹੁਤ ਸੰਭਾਲਦਾ ਭੇਡਾਂ ਨੂੰ ਐਂ ਕਰਦਾ ਉਹ ਕਰਦਾ ਉਹਦਾ ਜੀ ਕਿਸੇ ਨੇ ਰਿਸ਼ਤਾ ਕਰਵਾਤਾ ਵਿਆਹ ਹੋ ਗਿਆ ਅੱਗੋਂ ਉਹਦੇ ਘਰ ਵਾਲੀ ਜਦੋਂ ਘਰੇ ਆਈ ਕਹਿੰਦੀ ਤੁਸੀਂ ਇੰਨੇ ਮੁਸ਼ਕਿਲ 'ਚ ਮੇਰੇ ਨੇ ਮੈਂ ਨਹੀਂ ਇੱਥੇ ਰਹਿ ਸਕਦੀ ਨਾ 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 ਕਹਿੰਦੀ ਮੈਂ ਤਾਂ ਇੱਥੇ ਦੋ ਤਾਂ ਨਹੀਂ ਕੱਟ ਸਕਦੀ ਉਹ ਆਹਦਾ ਭਾਗਵਾਨ ਇਹ ਤੂੰ ਆ ਗਈ ਆ ਹੁਣ ਤੂੰ ਸਾਫ਼ ਸਫਾਈ ਰੱਖਿਆ ਕਰੇਂਗੀ ਇੱਥੇ ਕੱਟਣ ਨੂੰ ਕਿਹੜੀ ਗੱਲ ਹੈ ਇੱਥੇ ਸਾਰਾ ਕੁਛ ਤੁਸੀਂ ਠੀਕ ਕਰ ਲੈਣਾ ਅੱਛਾ ਕੀ ਹੋਇਆ 20-25 ਦਿਨਾਂ ਬਾਅਦ ਮਹੀਨੇ ਕੁ ਬਾਅਦ ਘਰੇ ਆ ਕੇ ਕਹਿੰਦੀ ਹੁਣ ਜਾ ਕੇ ਵੇਖੋ ਕਹਿੰਦੀ ਉੱਥੇ ਕਹਿੰਦੀ ਕੋਈ ਮੁਸ਼ਕ ਨਹੀਂ ਆਉਂਦਾ ਤੁਸੀਂ ਤਾਂ ਮੈਂ ਇੰਨੇ ਮੁਸ਼ਕ ਸਾਰੀ ਉਮਰ ਅੱਧੀ ਉਮਰ ਕੱਢ ਲਈ ਕਹਿੰਦੀ ਉਹ ਕਹਿੰਦਾ ਕਿਸੇ ਨੂੰ ਬਾਹਰੋਂ ਬੁਲਾ ਕੇ ਵੇਖ ਆਪਦੇ ਪੇਕਿਆਂ ਤੋਂ ਬੁਲਾ ਕੇ ਵੇਖ ਕਿਸੇ ਨੂੰ ਉੱਥੇ ਤਾਂ ਮੁਸ਼ਕ ਅਜੇ ਵੀ ਉਵੇਂ ਆਉਂਦਾ ਤੇਰਾ ਹੀ ਨੱਕ ਸਾਡੇ ਵਰਗਾ ਹੋ ਗਿਆ ਗੋਹੇ ਚੋਂ ਮੁਸ਼ਕ ਜਦੋਂ ਹੋ ਪਾਥੀਆਂ ਪੱਤ ਨਹੀਂ ਤੂੰ ਧਾਰ ਧਾਰ ਬੋਲਦੀ ਨਾ ਵੀ ਤੇਰੀ ਥੱਕੇ ਮਾਰੇ ਗੋਹੇ ਚੋਂ ਮੁਸ਼ਕ ਜਦੋਂ ਹੋ ਪਾਥੀਆਂ ਪੱਤ ਨਹੀਂ ਤੂੰ ਧਾਰ ਧਾਰ ਬੋਲਦੀ ਨਾ ਵੀ ਤੇਰੀ ਥੱਕੇ ਮੈਂ ਕੱਪਦਾ ਹੀ ਕੋਰ ਸਿਕੜਾਇਆ ਤੇਰੀ ਮਾਂ ਨੇ ਰੱਖੀ ਲਾਡਲੀ ਮੈਂ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ ਗੁਰ ਤੇਜ ਮੇਰੀ ਮਾਂ ਤੋਂ ਉਹ ਕੰਮ ਸਿੱਖੂ ਉੱਗੋ ਵਾਲਿਆ ਤੇਰੀ ਮਾਂ ਤੋਂ ਸਿੱਖੇ ਨੀ ਜੋ ਕੰਮ ਗੁਰ ਤੇਜ ਮੇਰੀ ਮਾਂ ਤੋਂ ਉਹ ਕੰਮ ਸਿੱਖੂ ਉੱਗੋ ਵਾਲਿਆ ਤੇਰੀ ਮਾਂ ਤੋਂ ਲੱਭ ਦਿੱਤੀ ਮਾਂ ਜਹੀ ਲੱਭ ਦਿੱਤੀ ਮਾਂ ਜਹੀ ਸੱਸ ਮੇਰੇ ਬਾਪੂ ਨੇ ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ ਚੱਲਿਆ ਦਾ ਵੇਖਿਆ ਸੱਚ ਤੇਰੇ ਬਾਪੂ ਨੇ ਲਾਡਲੀ ਨੂੰ ਸੁੱਤੀ ਨੀ ਜਗਾਇਆ ਮੇਰੀ ਮਾਂ ਨੇ ਚੱਲਿਆ ਦਾ ਵੇਖਿਆ ਸੱਚ ਮੇਰੇ ਸਾਰੇ ਥੈਂਕ ਯੂ ਜੀ ਥੈਂਕ ਯੂ ਮਿਹਰਬਾਨੀ ਸ਼ੁਕਰੀਆ
ਇਹ ਸਨ ਜਨਾਬ ਮੀਤ ਬਰਾੜ ਜੀ ਮੈਡਮ ਹਰਮਨਦੀਪ ਜਿਨ੍ਹਾਂ ਨੇ ਬਹੁਤ ਖੂਬਸੂਰਤ ਗੀਤ ਤੁਹਾਡੀ ਸੇਵਾ ਤੇ ਨਜ਼ਰ ਕੀਤੇ ਇਹਨਾਂ ਗੀਤਾਂ ਤੋਂ ਖੁਸ਼ ਹੋ ਕੇ ਮਾਣਯੋਗ ਦੋਸਤਾਂ ਵੱਲੋਂ ਮਿੱਤਰਾਂ ਵੱਲੋਂ ਸੱਜਣਾਂ ਵੱਲੋਂ ਬਹੁਤ ਸਾਰੀਆਂ ਮੁਹੱਬਤਾਂ ਪਿਆਰ ਆਸ਼ੀਰਵਾਦ ਸ਼ੁਕਰੀਆ ਅਦਾ ਕਰਦੇ ਹਾਂ ਮੇਲਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਸਾਰਾ ਮਾਣ ਦਿੱਤਾ ਹੈ ਸਾਡੇ ਸਤਿਕਾਰਯੋਗ ਪਹਿਲਾਂ ਵੀ ਢੇਰ ਸਾਰਾ ਮਾਣ ਆਸ਼ੀਰਵਾਦ ਦੇ ਗਏ ਹੈ ਸਰਦਾਰ ਕੁਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਵਣੀਏ ਕੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਔਰ ਡਾਕਟਰ ਭੁੱਲਰ ਸਾਹਿਬ ਸਾਡੇ ਸਤਿਕਾਰਯੋਗ ਰਿਸਪੈਕਟਡ ਸ਼ਖਸੀਅਤਾਂ ਦੇ ਵਿੱਚੋਂ ਬਹੁਤ ਸਾਰਾ ਮਾਣ ਸਤਿਕਾਰ ਪਿਆਰ ਆਸ਼ੀਰਵਾਦ ਦੇ ਗਏ ਸ਼ੁਕਰੀਆ ਅਦਾ ਕਰਦੇ ਹਾਂ ਜੀ ਸਰਦਾਰ ਬਹਾਦਰ ਸਰਦਾਰ ਹਰਜੀਤ ਸਿੰਘ ਜੀ ਡਾਕਟਰ ਨਰਿੰਦਰ ਸਿੰਘ ਜੀ ਬਹੁਤ ਸਾਰਾ ਮਾਣ ਸਰਦਾਰ ਪੰਜਾਬ ਸਿੰਘ ਜੀ ਨੰਬਰਦਾਰ ਸਾਹਿਬ ਬਹੁਤ ਸਾਰਾ ਮਾਣ ਬਹੁਤ ਸਾਰਾ ਆਸ਼ੀਰਵਾਦ ਦੇ ਗਏ ਸ਼ੁਕਰੀਆ ਅਦਾ ਕਰਾਂ ਕੁਲਦੀਪ ਸਿੰਘ ਜੀ ਪ੍ਰਧਾਨ ਸਾਹਿਬ ਬਹੁਤ ਸਾਰਾ ਮਾਣ ਹਰਜੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ ਕਰਦੇ ਹਾਂ ਜੀ ਔਰ ਸਾਡੇ ਸਤਿਕਾਰਯੋਗ ਜਸਬੀਰ ਸਿੰਘ ਜੀ ਯੂਕੇ ਬਲਜਿੰਦਰ ਸਿੰਘ ਦੇ ਛੋਟੇ ਵੀਰ ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਬਹੁਤ ਸਾਰਾ ਮਾਣ ਪਿਆਰ ਮੁਹੱਬਤਾਂ ਸ਼ੁਕਰੀਆ ਅਦਾ ਕਰਦੇ ਹਾਂ ਜੋਬਨਪ੍ਰੀਤ ਸਿੰਘ ਜੀ ਕੈਨੇਡਾ ਬਲਜਿੰਦਰ ਸਿੰਘ ਦਾ ਬੇਟਾ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਪਿਆਰ ਔਰ ਸਾਡੇ ਸਤਿਕਾਰਯੋਗ ਰਿਸਪੈਕਟਡ ਸ਼ਖਸੀਅਤਾਂ ਦੇ ਵਿੱਚੋਂ ਸਰਦਾਰ ਬਹਾਦਰ ਸਰਦਾਰ ਬਲਜਿੰਦਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਮਿਲਿਆ ਸ਼ੁਕਰੀਆ ਅਦਾ ਕਰਦੇ ਹਾਂ ਔਰ ਸਾਡੇ NRI ਵੀਰ ਜਿਹੜੇ ਉੱਧਰ ਰਹਿ ਕੇ ਵੀ ਇਸ ਆਪਣੇ ਵਤਨ ਦੀ ਮਿੱਟੀ ਨੂੰ ਬਹੁਤ ਸਾਰਾ ਪਿਆਰ ਕਰਦੇ ਕਿਉਂਕਿ ਸ਼ਹਿਰਾਂ ਨੇ ਬੜਾ ਬਖੂਬੀ ਲਿਖਿਆ ਹੈ ਜਿਹੜੇ ਸਾਡੇ NRI ਵੀਰ ਹੈ ਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਤੇ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਟਿਕਦਾ ਵੀਰੇ ਟਿਕਦਾ ਮੇਰਾ ਵੀਰ ਕੋਈ ਗੱਲ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਖੂਨ ਪੰਜਾਬੀਆਂ ਦਾ ਯਾਰੀ ਇਹਨਾਂ ਦੇ ਨਾਲ ਦੀ ਨਹੀਂ ਹੋ ਕਿਤੇ ਵੈਰ ਮੰਨਣਾ ਵੀ ਪਊ ਪੰਜਾਬੀਆਂ ਦਾ ਛੱਤ ਪੇਟ ਲਈ ਕਿਤੇ ਵੀ ਜਾ ਬੈਠਣ ਤੇ ਟੌਰ ਵੱਖਰਾ ਹੀ ਰਹੂ ਪੰਜਾਬੀਆਂ ਦਾ ਟੌਰ ਵੱਖਰਾ ਹੀ ਰਹੂ ਪੰਜਾਬੀਆਂ ਦਾ ਜਿਹੜੇ ਸਾਡੇ NRI ਵੀਰ ਹੈ ਇੱਕ ਵਾਰੀ ਉਹਨਾਂ ਵਾਸਤੇ ਜ਼ੋਰਦਾਰ ਤਾੜੀ ਮਾਰੋ ਸੋ ਬਹੁਤ ਸਾਰਾ ਆਸ਼ੀਰਵਾਦ ਬਹੁਤ ਸਾਰਾ ਮਾਣ ਹੋਰ ਵੀ ਸਾਡੇ ਵੀਰਾਂ ਵੱਲੋਂ ਦੋਸਤਾਂ ਵੱਲੋਂ ਸੋ ਇੱਕ ਜ਼ੋਰਦਾਰ ਫਰਮਾਇਸ਼ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਅੱਜ ਸਾਡੇ ਵਿਚਕਾਰ ਭਾਵਾਂ ਨਹੀਂ ਹੈ ਪਰ ਉਹਨਾਂ ਦਾ ਜਿਹੜਾ ਪਿਆਰ ਉਹਨਾਂ ਦੀਆਂ ਯਾਦਾਂ ਤੁਹਾਡੇ ਦਿਲਾਂ ਦੇ ਵਿੱਚ ਨੇ ਸਾਡੇ ਉਸਤਾਦ ਲੋਕ ਮਰਹੂਮ ਗਾਇਕ ਬਾਈ ਧਰਮਪ੍ਰੀਤ ਜੀ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ ਸ਼ੁਕਰੀਆ ਅਦਾ ਕਰਦੇ ਹਾਂ ਸਾਡੇ ਸਤਿਕਾਰਯੋਗ ਵੀਰ ਜਿਹੜੇ ਉਹਨਾਂ ਦੇ ਸੱਚੇ ਆਸ਼ਕ ਨੇ ਉਹਨਾਂ ਨੂੰ ਪਿਆਰ ਕਰਦੇ ਨੇ ਅੱਜ ਵੀ ਉਹਨਾਂ ਨੇ ਫਰਮਾਇਸ਼ ਕੀਤੀ ਹੈ ਬਾਈ ਜੀ ਦਾ ਕੋਈ ਵੀ ਗੀਤ ਤੁਹਾਡੇ ਨਜ਼ਰ ਕਰੀਏ ਸੋ ਹਰੇਕ ਸਟੇਜ 'ਤੇ ਅਸੀਂ ਇੱਕ ਦੋ ਗੀਤ ਉਹਨਾਂ ਦੇ ਤੁਹਾਡੇ ਸਨਮੁਖ ਕਰਦੇ ਹਾਂ ਤੁਸੀਂ ਪਿਆਰ ਕਰਦੇ ਹੋ ਸੋ ਸ਼ੁਕਰੀਆ ਅਦਾ ਕਰਾਂਗੇ ਇੱਕ ਗੀਤ ਬਾਈ ਧਰਮਪ੍ਰੀਤ ਜੀ ਦਾ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਮੇਲਾ ਪ੍ਰਬੰਧਕ ਕਮੇਟੀ ਸਾਡੇ ਸਤਿਕਾਰਯੋਗ ਵੀਰਾਂ ਦਾ ਦੋਸਤਾਂ ਦਾ ਮਿੱਤਰਾਂ ਦਾ ਹੁਕਮ ਲੱਗਦਾ ਰਹੇਗਾ ਉਵੇਂ ਉਵੇਂ ਤੁਹਾਡੀ ਸੇਵਾ ਕਰਨੀ ਅੱਗੇ ਸੋ ਬਾਈ ਧਰਮਪ੍ਰੀਤ ਜੀ ਦਾ ਗੀਤ ਦੇ ਨਾਲ ਤੁਹਾਡੀ ਨਜ਼ਰ ਇੱਕ ਵਾਰ ਤੋਂ ਫੇਰ ਜਨਾਬ ਮੀਤ ਬਰਾੜ ਜੀ ਮੇਰੇ ਸਾਧੂ ਦੀ ਗੱਲ ਸੁਣ ਸੁਣ ਲਓ ਬੇਟਾ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਬਚਿਆ ਰਹੀ ਬਸ ਮੇਲੇ 'ਚ ਕਈ ਵਾਰੀ ਹੋ ਜਾਂਦਾ ਵਾਧਾ ਘਾਟਾ ਸੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮੈਂ ਅਕਸਰ ਹੀ ਬਾਈ ਜੀ ਹਰ ਸਟੇਜ 'ਤੇ ਜ਼ਿਕਰ ਕਰਦਾ ਹੁੰਦਾ ਯਾਰ ਵੀਰੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ 15 ਦਾ ਥੁੱਕ ਥੁੱਕ ਕੇ ਮੇਰਾ ਕੰਨ ਨਹੀਂ ਭਰਦਾ ਹੁਣ ਤੇਰਾ ਹਿਸਾਬ ਕਿਤਾਬ ਕੁਛ ਹੋਰ ਹੋਇਆ ਪਿਆ ਵੀਰ ਬਣ ਕੇ ਪਲੀਜ਼ ਬਹਿ ਜਾ ਤੇਰਾ ਬਹੁਤ ਧੰਨਵਾਦ ਆ ਬਾਈ ਵਾਸਤੇ ਯਾਰ ਤਾੜੀ ਮਾਰ ਦਿਓ ਸਾਡਾ ਬਹੁਤ ਮਾਣ ਕੀਤਾ ਵੀਰ ਨੇ ਟਿਕਦਾ ਵੀਰ ਬਣ ਕੇ ਥੈਂਕ ਯੂ ਐਦਾਂ ਨਹੀਂ ਕਰਦੇ ਹੁੰਦੇ ਟਿਕਦਾ ਵੀਰ ਬਣ ਕੇ ਐਦਾਂ ਨਹੀਂ ਬਹਿ ਜਾ ਵੀਰ ਬਣ ਕੇ ਸਾਡਾ ਮਾਨਤਾਨ ਕਰਦਾ ਕਿਤੇ ਮਾਨਤਾਨ ਨਾ ਹੋ ਜਾਵੇ ਬਹਿ ਜਾ ਕੋਈ ਗੱਲ ਵੈ ਸਾਨੂੰ ਵੈਸੇ ਹੀ ਬਹੁਤ ਖੁਸ਼ੀ ਹੈ ਤੇਰੇ ਵਰਗੇ ਚਿਹਰੇ ਜੋ ਸਾਨੂੰ ਮਿਲ ਜਾਂਦੇ ਸਾਨੂੰ ਤਾਂ ਵੈਸੇ ਹੀ ਬਹੁਤ ਖੁਸ਼ੀ ਚੜ ਜਾਂਦੀ ਹੈ ਬੈਠੋ ਵੀਰ ਬਣ ਕੇ ਆਰਾਮ ਨਾਲ ਬੈਠ ਕੇ ਇੰਜੋਏ ਕਰੋ ਕਿਉਂਕਿ ਬਹੁਤ ਵਧੀਆ ਪ੍ਰਬੰਧ ਕੀਤਾ ਇਹ ਮੇਲੇ ਕਰਾਉਣੇ ਕੋਈ ਸੌਖੀ ਗੱਲ ਨਹੀਂ ਮੇਲੇ ਕਰਾਉਣੇ ਬਹੁਤ ਔਖੇ ਆ ਸਾਡੇ ਪ੍ਰਧਾਨ ਸਾਹਿਬ ਬਹੁਤ ਮਿਹਰਬਾਨੀ ਸਰਪੰਚ ਸਾਹਿਬ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਮੈਂ ਹਰ ਸਟੇਜ 'ਤੇ ਜ਼ਿਕਰ ਕਰਦਾ ਹੁੰਦਾ ਬਾਈ ਧਰਮਪ੍ਰੀਤ ਜੀ ਦਾ ਕਿਉਂਕਿ ਬਾਈ ਜੀ ਮੈਂ ਜੋ ਵੀ ਹਾਂ ਜਿੱਥੇ ਵੀ ਹਾਂ ਅੱਜ ਉਹਨਾਂ ਦੀ ਬਦੌਲਤ ਹੈ 10-11 ਸਾਲ ਰਹਿ ਕੇ ਉਹਨਾਂ ਨਾਲ ਕਾਫੀ ਕੁਝ ਸਿੱਖਣ ਦਾ ਮੌਕਾ ਮਿਲਿਆ ਪਿੱਛੇ ਖੜ ਖੜ ਕੇ ਕੋਰਸ ਬੋਲਿਆ ਬੜੀ ਤਪੱਸਿਆ ਕੀਤੀ ਮਿਹਨਤ ਕੀਤੀ ਤੇ ਮੈਂ ਸੋਚਦਾ ਹੁੰਦਾ ਵੀ ਉਹੀ ਜਿਹੜੀਆਂ ਭੁੱਖੇ ਰਹਿ ਰਹਿ ਕੇ ਰਾਤਾਂ ਕੱਟੀਆਂ ਉਹ ਅੱਜ ਕੰਮ ਆਉਂਦੀਆਂ ਸੋ ਇਸ ਗੱਲ ਦਾ ਬੜਾ ਦੁੱਖ ਹੁੰਦਾ ਕਿਉਂਕਿ ਤਕਰੀਬਨ ਇੱਕ ਸਾਲ ਹੋ ਚੱਲਿਆ 8 ਤਰੀਕ ਨੂੰ ਸਾਲ ਹੋ ਜਾਣਾ ਬਾਈ ਜੀ ਉਹਨਾਂ ਦੀ ਡੈਥ ਹੋਈ ਨੂੰ ਪਰ ਤੁਸੀਂ ਅੱਜ ਵੀ ਉਹਨਾਂ ਨੂੰ ਓਨਾ ਹੀ ਪਿਆਰ ਕਰਦੇ ਹੋ ਇੱਕ ਤਾੜੀ ਲਾ ਦਿਓ ਪੂਰੀ ਖੁੱਲ ਕੇ ਸੋ ਵੀਰ ਹੋਰਾਂ ਦੀਆਂ ਫਰਮਾਇਸ਼ਾਂ ਇੱਕ ਦੋ ਬਾਈ ਜੀ ਹੋਰਾਂ ਦੇ ਗਾਣੇ ਆ ਇੱਕ ਕਲੀ ਮੈਂ ਤੇ ਬਾਈ ਧਰਮਪ੍ਰੀਤ ਅਸੀਂ ਇਕੱਠੇ ਸਟੇਜ ਤੇ ਗਾਉਂਦੇ ਹੁੰਦੇ ਸੀ ਪਰੀਆਂ ਦੀ ਪਟਰਾਣੀ ਕੱਲ ਵੇਖੀ ਮਿੱਤਰਾਂ ਮੈਂ ਇੱਕ ਪਰੀਆਂ ਦੀ ਪਟਰਾਣੀ ਅੱਖ ਭਰ ਕੇ ਵੇਖ ਗਈ ਉਹ ਨੈਣਾਂ ਦੀਆਂ ਨੁੱਕਰਾਂ ਥਾਣੀ
ਫਰਮਾਇਸ਼ਾਂ ਕਾਫੀ ਹੈ ਬਾਈ ਦੇ ਗੀਤਾਂ ਦੀਆਂ, ਟੁੱਟੇ ਦਿਲ ਨਹੀਂ ਜੁੜਦੇ, ਔਰ ਕਬੀਰ ਦੀ ਫਰਮਾਇਸ਼ ਸੀਗੀ ਜਦੋਂ ਕੋਲ ਸੀ ਤੂੰ ਕਦਰਾਂ ਨਾ ਜਾਣੀਆਂ। ਸੋ ਛੋਟੇ ਛੋਟੇ ਕਰਕੇ ਮੈਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੂੰਗਾ। ਪਰੀਆਂ ਦੀ ਪਟਰਾਣੀ, ਹਾਂਜੀ ਆਸ਼ੀਰਵਾਦ ਸਾਡੇ ਸਤਿਕਾਰਯੋਗ ਮਾਤਾ ਜੀ ਹੋਰਾਂ ਵੱਲੋਂ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਥੈਂਕ ਯੂ। ਗੁਰਵਿੰਦਰ ਨੂੰ ਤੂੰ ਪਿੰਡ ਮਹਾਬਦਰ ਵਿੱਚ ਜਾ ਕੇ
थैंक यू मेहरबानी। हाँ ऐस गीत ताड़ी जरूर ला दो, मेरे वाले तो भावे ना लाओ। बहुत मेहरबानी, बहुत शुक्रिया, थैंक यू। सत्कारयोग बापू जी होर वालों बहुत सारा माण, सरदार गुरदयाल सिंह जी होर वालों बहुत सारा माण, प्यार सत्कार, थैंक यू मेहरबानी। सो जे तुसी कहोगे तां उदा नहीं, दुगाना सुनना के सोलो सुनना, क्योंकि गीत अपने को मेरे ख्याल से एक दो गीतों का टाइम ही है। उस तो बाद हाँ भीर उन्होंने फरमाया सी भाई धर्मप्रीत का गीत, जे तुसी कहोगे तो मैं सुनाऊंगा, उदा नहीं। ओके जी ओके। हाँ भाई जी उन्होंने फरमाया शाह कहते भी दुगाना, चल थोड़ा भी छोटा है गाना जरूर पूरा करके जाऊंगा, पहले एक दुगाना गा लिए। क्योंकि उस तो बाद मैं जिम्मे पहला दसा सी भाई हरजोत, वह भी मेरे ख्याल च पहुंच चुके हैं ना। हाँ उस तो बाद मनोरंजन करेंगे दुगाना। एक असी हुने हुने दुगाना रिकॉर्ड किया बापू गुस्सेखोर, मेले की गल है, घर वाली मेला वेखन की जिद करती है, घर वाला कहना भी मैं तो चल वरदा पर बापू तो डर लगता जिहड़ा सतपुरी की डांग ली बैठा। कहिंदी साल पिछों आउंदा दिन खिचड़ा तैयारी में लैके चल मेले, तैनू कहा किन्ने वारी लाइना बहाना चलना नहीं, तेरा रीज दिल दी पुगावे मना, तां ढोलना वे आपे सांभलू न्याणे, सांभलू न्याणे तेरी मां ढोलना। की जवाब मिलदा अगों, आ थोड़े दिनों तक रिलीज करदे उस गाने नू बापू गुस्सेखोर आनंद आड़ी वालों। हाँ जी सो सन्मान की रसम, पहला तो एक बार फिर मेरे वालों सरपंच साहब और समुची मेला प्रबंधक कमेटी का बहुत बहुत धन्यवाद, क्योंकि बहुत प्यार दिता सारे ने ही, तुसी बड़ा प्यार दिता। एक मिनट सरपंच साहब थोड़ी जी, ये यादा होंदियां जी, माना मर जाना पिछे यादा रह जानियां, यादा रह जानियां बंदे दियां। जे कोई चंगा काम करदे तां उहदी पिछों सलाउंदे रहिंदे, जे कोई माड़ा काम करदे तां गालां तां फिर वटदे ही है। हां बापू गुस्सेखोर आ जाओ भाई। साल पिछों का दिन खिंच लै तैयारी वे लैके चल मेले, तैनू कहा किन्ने बारी पिछों का दिन खिंच लै तैयारी वे लैके चल मेले, तैनू कहा किन्ने वारी लाई ना बहाना अज चलना नी तेरा, लाई ना बहाना अज चलना नी तेरा, रीज दिल दी पगावे मन्ना तां ढोलना आपे सांभलू न्याणे, सांभलू न्याणे तेरी मां ढोलना वे आपे सांभलू न्याणे, सांभलू न्याणे तेरी मां ढोलना वे आपे सांभलू न्याणे। बेबे तह बचारी चल सांभलू जवाक, बापू दे सराने पई डांग वल झाक, बेबे तह बचारी चल सांभलू जवाक, बापू दे सराने पई डांग वल झाक, मैं नी कला कहिंदा गल सुनी होनी तू भी, मैं नी कला कहिंदा गल सुनी होनी तू भी, नहीं चढ़दी पतंग बिलो बिना डो तो, नी औखी लैनी मंजूरी, औखी लैनी मंजूरी बापू गुस्से खोर थोड़ी, औखी लैनी मंजूरी, औखी लैनी मंजूरी बापू गुस्से खोर थोड़ी, औखी लैनी मंजूरी। पता तू जिवें मर्जी मनावे, झूठी चंडोल बड़ा दिल विच जावे, ओ मैनू नी पता तू जिवें मर्जी मनावे, झूठी चंडोल बड़ा दिल विच जावे, लैनी काली गानी ते चढ़ाउणी आने बंगा, लैनी काली गानी ते चढ़ाउणी आने बंगा, नाले गुट ते लखोणा तेरा ना ढोलना आह सांभलू न्याणे, सांभलू न्याणे तेरी मां ढोलना वे आपे सांभलू न्याणे, सांभलू न्याणे तेरी मां ढोलना वे आपे सांभलू न्याणे। ਸਾ ਖੁਦਾ ਦਾ ਮੇਲੇ ਰਹਿਣ ਦੇ ਤੂੰ ਜਾਣ ਨੂੰ, ਜਿਹੜੀ ਚੀਜ਼ ਕਹੇ ਜੀ ਲਿਆ ਤੂੰ ਘਰੇ ਖਾਣ ਦਾ,
ਵਾਸਤਾ ਖੁਦਾ ਦਾ ਮੇਲੇ ਰਹਿਣ ਤੇ ਤੂੰ ਜਾਣ ਨੂੰ ਜਿਹੜੀ ਚੀਜ਼ ਕਹੇ ਜੀ ਲਿਆ ਤੂੰ ਘਰੇ ਖਾਣ ਨੂੰ ਮੇਲੇ ਵਿੱਚ ਹੁੰਦੇ ਆ ਸ਼ਰਾਬੀ ਜੱਟ ਸਾਰੇ ਮੇਲੇ ਵਿੱਚ ਹੁੰਦੇ ਆ ਸ਼ਰਾਬੀ ਜੱਟ ਸਾਰੇ ਡਰ ਲੱਗਦਾ ਏ ਤੇਰੀ ਸੱਪ ਵਾਲੀ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਔਖੀ ਲੈਣੀ ਮਨਜ਼ੂਰੀ ਬਾਪੂ ਗੁੱਸੇ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਬਾਪੂ ਗੁੱਸੇ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਥੈਂਕ ਯੂ ਪ੍ਰਧਾਨ ਸਾਹਿਬ ਕੋਈ ਤਾਂ ਕਬੀਲ ਧਾਰ ਪੂਰੀ ਕਰ ਰੀਜ ਵੇ ਕਿਹੜੀ ਤੂੰ ਵਿਆਹ ਤੋਂ ਬਾਅਦ ਲੈ ਕੇ ਦਿੱਤੀ ਚੀਜ਼ ਵੇ ਓ ਭਾਈ ਤਾਂ ਕਬੀਲ ਧਾਰ ਪੂਰੀ ਕਰ ਰੀਜ ਵੇ ਕਿਹੜੀ ਤੂੰ ਵਿਆਹ ਤੋਂ ਬਾਅਦ ਲੈ ਕੇ ਦਿੱਤੀ ਚੀਜ਼ ਵੇ ਤੁਰ ਜੂੰਗੀ ਪੈ ਕੇ ਚੱਕੀ ਫਿਰੀ ਤੂੰ ਬੁੜੇ ਨੂੰ ਤੁਰ ਜੂੰਗੀ ਪੈ ਕੇ ਚੱਕੀ ਫਿਰੀ ਤੂੰ ਬੁੜੇ ਨੂੰ ਵੇੜਾ ਵੇਖ ਨੀ ਕਰੂਗਾ ਪਾਂ ਪਾਂ ਢੋਲਣਾ ਝੁਕ ਜਾਂਦਾ ਭਾਈ ਘਰ ਵਾਲੀ ਵੀ ਜ਼ਰੂਰੀ ਆ ਬਾਪੂ ਵੀ ਜ਼ਰੂਰੀ ਆ ਗੱਲਾਂ ਦੋਵੇਂ ਜ਼ਰੂਰੀ ਆ ਉਹ ਕਹਿੰਦਾ ਵੀ ਚੱਲ ਮੇਲੇ ਤਾਂ ਲੈ ਚੱਲਦਾ ਪਰ ਬਾਪੂ ਦੀ ਡਾਂਗ ਤੋਂ ਮੈਨੂੰ ਹੁਣ ਵੀ ਓਨਾ ਹੀ ਡਰ ਲੱਗਦਾ ਬਾਪੂ ਦੀ ਮਨਜ਼ੂਰੀ ਲੈਣੀ ਪਊਗੀ ਕਹਿੰਦਾ ਵੀ ਫੋੜ ਨੂੰ ਮੈਂ ਧੱਕਾ ਲਾ ਕੇ ਬਾਹਰ ਕੱਢ ਲੈਣਾ ਤੇ ਬਾਹਰ ਜਾ ਕੇ ਸਟਾਰਟ ਕਰਕੇ ਫੇਰ ਚੱਲਦੇ ਹਾਂ ਆਪਾਂ ਕੀ ਲਿਖੇ ਚੰਗਾ ਤੁਰ ਚੱਲ ਚੁੱਪ ਚਾਪ ਬੂਹਾ ਭੈਣ ਕਹੇ ਕੱਢ ਲੈਣਾ ਫੋੜ ਮੈਂ ਬਾਹਰ ਪਿੱਲੋ ਰੇੜ ਕਹੇ ਤੂੰ ਚੰਗਾ ਤੁਰ ਚੱਲ ਚੁੱਪ ਚਾਪ ਬੂਹਾ ਭੈਣ ਕਹੇ ਕੱਢ ਲੈਣਾ ਫੋੜ ਮੈਂ ਬਾਹਰ ਪਿੱਲੋ ਰੇੜ ਕਹੇ ਨਿੱਛੇ ਮਾਂ ਤਲਵੰਡੀ ਵਾਲਾ ਫਸ ਗਿਆ ਕਸੂਤਾ ਮੈਂ ਮਾਂ ਤਲਵੰਡੀ ਵਾਲਾ ਫਸ ਗਿਆ ਕਸੂਤਾ ਤੀਜਾ ਲੱਗਦਾ ਏ ਡਰ ਕਦਾ ਕਣ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਔਖੀ ਲੈਣੀ ਮਨਜ਼ੂਰੀ ਬਾਪੂ ਗੁੱਸੇ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਬਾਪੂ ਗੁੱਸੇ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਸਾਂਭਰੂ ਨੇ ਆਣੇ ਤੇਰੀ ਮਾਂ ਢੋਲਣਾ ਵੇ ਆਪੇ ਸਾਂਭਰੂ ਨੇ ਆਣੇ ਔਖੀ ਲੈਣੀ ਮਨਜ਼ੂਰੀ ਬਾਪੂ ਗੁੱਸੇ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਸਾਂਭਰੂ ਨੇ ਆਣੇ ਤੇਰੀ ਮਾਂ ਢੋਲਣਾ ਵੇ ਆਪੇ ਸਾਂਭਰੂ ਨੇ ਆਣੇ ਔਖੀ ਲੈਣੀ ਮਨਜ਼ੂਰੀ ਬਾਪੂ ਗੁੱਸੇ ਤੋਰ ਤੋਂ ਔਖੀ ਲੈਣੀ ਮਨਜ਼ੂਰੀ ਸੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਕਿਉਂਕਿ ਹੈ ਜੀ ਫਰਮਾਇਸ਼ਾਂ ਬਹੁਤ ਆ ਪਰ ਟਾਈਮ ਦੀ ਪ੍ਰੋਬਲਮ ਆ ਕੋਈ ਗੱਲ ਨਹੀਂ ਕਿਤੇ ਰੱਬ ਨੇ ਫਿਰ ਚਾਹ ਤਾਂ ਫਿਰ ਇਕੱਠੇ ਹੋਵਾਂਗੇ ਫਿਰ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਪ੍ਰਧਾਨ ਸਾਹਿਬ ਹੋਰਾਂ ਦਾ ਹੁਕਮ ਹੈ ਕਹਿੰਦੇ ਵੀ ਸਾਡਾ ਟਾਈਮ ਪੂਰਾ ਹੋ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਇਸ ਮੇਲੇ ਵਿੱਚ ਜਿੰਨੇ ਵੀ ਪ੍ਰੈਸ ਰਿਪੋਰਟਰ ਸਾਹਿਬਾਨ ਪਹੁੰਚੇ ਉਹਨਾਂ ਨੂੰ ਵੀ ਜੇ ਆਖਦੇ ਉਹਨਾਂ ਦਾ ਮੋਸਟ ਵੈਲਕਮ ਔਰ ਬਾਈ ਹਰਜੋਤ ਦੇ ਜਿਹੜੇ